ਸਮੂਦਰਸ਼ਕਾਂ ਦਾ ਆਵਾਜ਼ੀ ਪੰਜਾਬ ਪ੍ਰੋਗਰਾਮ ਤੇ ਚੈਨਲ ਪੰਜਾਬੀ ਤੇ ਗਲੋਬਲ ਪੰਜਾਬ ਤੇ ਸਵਾਗਤ ਹੈ। ਸਰੀ ਦੇ ਮਿਊਜ਼ੀਅਮ ਦੇ ਵਿੱਚ ਇੱਕ ਪ੍ਰਦਰਸ਼ਨੀ ਚੱਲ ਰਹੀ ਹੈ। ਜਿਹੜੀ ਪ੍ਰਦਰਸ਼ਨੀ ਪਿਛਲੇ ਕੁਝ ਦਿਨਾਂ ਤੋਂ ਬਹੁਤ ਉਤਸ਼ਾਹ ਨਾਲ ਸ਼ੁਰੂ ਹੋਈ। ਲਾਹੌਰ ਤੋਂ ਲੰਡਨ। ਜਿਹੜਾ ਇਹ ਸਫ਼ਰ ਖਾਲਸੇ ਦਾ ਖਾਲਸਾ ਰਾਜ ਦਾ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਉਸ ਦੇ ਸੰਬੰਧ ਦੇ ਵਿੱਚ ਇਹ ਹੈ ਬਨਜਾਰਾ ਨੋਵੇਟ ਕਲੈਕਸ਼ਨ ਦੇ ਵੱਲੋਂ ਇਹ ਪ੍ਰਦਰਸ਼ਨੀ ਵੀ ਰਾਜ ਸਿੰਘ ਭੰਡਾਲ ਜੀ ਤੇ ਸਮੁੱਚੀ ਟੀਮ ਵੱਲੋਂ ਹੈ ਜਿਸ ਦੇ ਵਿੱਚ ਤਸਵੀਰਾਂ ਵੀ ਨੇ ਕਿਤਾਬਾਂ ਵੀ ਨੇ ਹੋਰ ਬੜਮੁੱਲੀਆਂ ਜਿਹੜੀਆਂ ਉਹ ਯਾਦਾਂ ਨੇ ਜਿਹੜੀਆਂ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਉਹਨਾਂ ਦੀ ਵਿਰਾਸਤ ਨਾਲ ਸਿੱਖ ਵਿਰਾਸਤ ਨਾਲ ਸੰਬੰਧਿਤ ਨੇ ਇੱਥੇ ਹੀ ਵਸ ਨਹੀਂ ਕਈ ਐਸੇ ਉਸ ਜਗ੍ਹਾ ਤੇ ਨਿਸ਼ਾਨ ਨੇ ਜਿਹੜੇ ਕਿ ਸਾਨੂੰ ਇਸ ਗੱਲ ਦੇ ਲਈ ਆਪਣਾ ਇਤਿਹਾਸ ਵੀ ਜਾਣੂ ਕਰਾਉਂਦੇ ਨੇ ਕਿ ਕਿਸ ਤਰ੍ਹਾਂ ਖਾਲਸਾ ਰਾਜ ਚੜ੍ਹਦੀ ਕਲਾ ਦਾ ਪ੍ਰਤੀਕ ਸੀ ਅਤੇ ਇਸ ਪ੍ਰਦਰਸ਼ਨੀ ਦਾ ਜਿਹੜਾ ਸਮਾਂ ਹੈ ਅਪ੍ਰੈਲ ਤੱਕ ਦਾ ਹੈ ਸੋ ਅਸੀਂ ਇਸ ਲਈ ਆਪਣੇ ਸਮੂਹ ਦਰਸ਼ਕਾਂ ਨੂੰ ਸੱਦਾ ਦਿੰਦੇ ਹਾਂ ਕਿ ਇਸ ਮੌਕੇ ਤੇ ਵੱਧ ਛੜ ਕੇ ਸ਼ਾਮਲ ਹੋਵੋ ਇਸ ਪ੍ਰਦਰਸ਼ਨੀ ਨੂੰ ਕਿਸ ਤਰੀਕੇ ਨਾਲ ਆਰਥ ਭਰਪੂਰ ਜਾਣ ਸਕਦੇ ਹੋ ਇਹ ਗੱਲਬਾਤ ਵਾਸਤੇ ਅੱਜ ਸਟੂਡੀਓ ਦੇ ਵਿੱਚ ਅਸੀਂ ਰਾਜ ਸਿੰਘ ਪੰਡਾਲਹੁਰਾ ਨੂੰ ਸੱਦਿਆ ਪੁੰਜਾਰਾ ਨੋਮੈਡ ਕਲੈਕਸ਼ਨ ਰਾਹੀਂ ਇਹ ਲਗਾਤਾਰ ਵੱਖ-ਵੱਖ ਮੰਚਾਂ ਤੇ ਕੰਮ ਕਰਦੇ ਆ ਰਹੇ ਨੇ ਜਿੰਨਾਂ ਚ ਸਾਊਥ ਏਸ਼ੀਆ ਦੇ ਇੱਕ ਵਿਵਾਦਪੂਰਨ ਟਰਮ ਦੇ ਪ੍ਰਤੀ ਵੀ ਇਹਨਾਂ ਨੇ ਜੋ ਇੱਕ ਲੀਡਿੰਗ ਰੋਲ ਰਿਹਾ ਉਹ ਇੱਕ ਇਤਿਹਾਸਕ ਹੈ ਇਸ ਤੋਂ ਇਲਾਵਾ ਜੇਕਰ ਸਿੱਖ ਵਿਰਾਸਤ ਨਾਲ ਸੰਬੰਧਿਤ ਸਦੀਆਂ ਪੁਰਾਣੀਆਂ ਕੁਝ ਇੱਕ ਚਾਹੇ ਸਿੱਕੇ ਨੇ ਚਾਹੇ ਕਿਤਾਬਾਂ ਨੇ ਜਾਂ ਹੋਰ ਮੋਨੂਮੈਂਟਸ ਨੇ ਉਹਨਾਂ ਨੂੰ ਸੰਭਾਲਿਆ ਤੇ ਇਸ ਤੋਂ ਇਲਾਵਾ ਇਹ ਇੱਕ ਐਸਾ ਜਿਹੜਾ ਉਪਰਾਲਾ ਕਰ ਰਹੇ ਨੇ ਜਿਹੜਾ ਕਿ ਅੱਜ ਅਸੀਂ ਦਰਸ਼ਕਾਂ ਨਾਲ ਸਾਂਝਾ ਕਰਾਂਗੇ ਕਿ ਲਾਇਕ ਬੱਚਿਆਂ ਨੂੰ ਵਜੀਫੇ ਵੀ ਦਿੰਦੇ ਨੇ ਉਤਸ਼ਾਹਤ ਵੀ ਕਰਦੇ ਨੇ ਉਹਨਾਂ ਦੀ ਚੋਣ ਕਰਦਿਆਂ ਹੋਇਆਂ ਇਹ ਨਹੀਂ ਦੇਖਦੇ ਕਿ ਸਿੱਖ ਨੇ, ਹਿੰਦੂ ਨੇ, ਮੁਸਲਮਾਨ ਨੇ, ਇਸਾਈ ਨੇ ਵਿਸ਼ੇ ਦੇ ਕੇ ਕੁਝ ਵਿਸ਼ਿਆਂ ਤੇ ਇਹ ਇਨਾਮ ਦਿੰਦੇ ਨੇ। ਐਸਾ ਉਪਰਾਲਾ ਕਰਦੇ ਨੇ। ਇਹ ਇਹੋ ਜੀ ਜਿਹੜੀ ਸੋਚ ਹੈ ਉਸ ਨੂੰ ਵੱਧ ਚੜ ਕੇ ਪਰਫੁੱਲਤ ਕਰਨਾ ਸਾਡਾ ਮੁੱਖ ਮਨੋਰਥ ਹੈ। ਸੋ ਇਸ ਕਰਕੇ ਅੱਜ ਚੈਨਲ ਪੰਜਾਬੀ ਦੇ ਮੰਚ ਤੇ ਸਾਡੇ ਨਾਲ ਸ਼ਾਮਲ ਨੇ ਰਾਜ ਸਿੰਘ ਭੰਡਾਰ ਜੀ। ਜੀ ਆਇਆਂ ਨੂੰ ਸਵਾਗਤ ਹੈ ਤੁਹਾਡਾ। ਜੀ ਜੀ ਬਹੁਤ-ਬਹੁਤ ਧੰਨਵਾਦ ਸਮਾਂ ਦੇਣ ਲਈ ਤੇ ਆਪਣੇ ਦਰਸ਼ਕਾਂ ਦੇ ਰੂਬਰੂ ਕਰਨ ਲਈ। ਜੀ ਤੁਹਾਡੇ ਨਾਲ ਇਸ ਗੱਲ ਦੀ ਮਿਲ ਕੇ ਮੈਨੂੰ ਖੁਸ਼ੀ ਹੁੰਦੀ ਹੈ ਕਿ ਤੁਸੀਂ ਆਪਣੇ ਵਿਰਸੇ ਨੂੰ ਇਤਿਹਾਸ ਨੂੰ ਸਾਹਮ ਦੇਓ ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਕਿ ਜਿਹੜੀਆਂ ਕੌਮ ਆਪਣੀ ਵਿਰਾਸਤ ਨੂੰ ਭੁੱਲ ਜਾਂਦੀਆਂ ਉਹ ਅਗਲੀ ਪੀੜ੍ਹੀ ਲਈ ਕੁਝ ਨਹੀਂ ਸੰਭਾਲਦੀਆਂ ਤੇ ਕੋਈ ਤੇ ਮਾਣ ਨਹੀਂ ਕਰ ਸਕਦੇ ਪਰ ਜੇ ਅੱਜ ਸਾਡੀਆਂ ਇਤਿਹਾਸਿਕ ਪ੍ਰਾਪਤੀਆਂ ਹੋ ਰਹੀਆਂ ਨੇ ਇਹਦੇ ਪਿੱਛੇ ਉਹ ਸਾਡੀ ਵੱਡੀ ਵਿਰਾਸਤ ਹੈ ਇਤਿਹਾਸ ਹੈ ਸੋ ਮੈਂ ਗੱਲ ਇੱਥੇ ਸ਼ੁਰੂ ਕਰਾਂਗਾ ਲਾਹੌਰ ਤੋਂ ਲੰਡਨ ਇਹ ਪ੍ਰਦਰਸ਼ਨੀ ਤੁਸੀਂ ਸ਼ੁਰੂ ਕੀਤੀ ਹੈ ਮੈਨੂੰ ਥੋੜਾ ਜਿਹਾ ਇਹ ਦੱਸੋ ਕਿ ਇਸ ਪ੍ਰਦਰਸ਼ਨੀ ਜਿਹੜਾ ਵਿਸ਼ਾ ਟਾਈਟਲ ਹੈ ਜਾਂ ਇਹ ਸਾਰਾ ਜਿਵੇਂ ਆਰੰਭ ਕੀਤਾ ਹੈ ਉਸ ਦੇ ਬਾਰੇ ਦਰਸ਼ਕਾਂ ਨੂੰ ਜਾਣਕਾਰੀ ਸਾਂਝੀ ਕਰੋ ਜੀ ਇਹਦਾ ਜਿਹੜਾ ਟਾਈਟਲ ਹੈ ਜੀ ਉਹ ਲਾਹੌਰ ਤੋਂ ਲੰਡਨ ਜੀ ਜਰਨੀ ਆਫ ਚੜਦੀ ਕਲਾ ਜੀ ਜੀ ਕਿ ਸਿੱਖ ਚਾਹੇ ਉਸ ਖਿੱਤੇ ਚ ਰਹਿੰਦੇ ਨੇ ਚਾਹੇ ਇਸ ਖਿੱਤੇ ਚ ਨੇ ਪੰਜਾਬ ਚ ਨੇ ਦੇਸ਼ ਪੰਜਾਬ ਚ ਨੇ ਔਰ ਆਪਣੇ ਨਾਲ ਕਿੰਨੇ ਹੀ ਕੱਲੂ ਘਾਰੇ ਹੋਏ ਨੇ ਕਿੰਨੇ ਉਤਰਾ ਚੜਾਏ ਨੇ ਪਰ ਅਸੀਂ ਕੈਨੇਡਾ ਵਿੱਚ ਰਹਿੰਦੇ ਹੋਏ ਉਸ ਇੱਕ ਦੀ ਸੋਚ ਨੂੰ ਸਮਰਪਿਤ ਆਂ ਜੀ ਹਮ ਤੇ ਉਹਦੇ ਪਰਤਾਏ ਅਸੀਂ ਜਿਹੜਾ ਦਰਗਾਹੀ ਇੱਕ ਸ케ਜੂਲ ਹੈ ਹੁਕਮ ਹੈ ਸਾਡੇ ਉੱਪਰ ਉਹ ਉਹਨੂੰ ਅਸੀਂ ਮੰਨਦੇ ਆਂ ਔਰ ਖਿੜੇ ਮੱਥੇ ਮੰਨਦੇ ਆਂ ਉਹਦੇ ਹੁਕਮ 'ਚ ਰਹਿਨੇ ਆਂ ਉਹਦੇ ਪਾਣੇ 'ਚ ਰਹਿਨੇ ਆਂ ਉਹਦੀ ਮਿਹਰ ਨੂੰ ਮੰਨਦੇ ਆਂ ਔਰ ਅਸੀਂ ਐਦਾਂ ਵੀ ਸੋਚਦੇ ਆਂ ਕਿ ਅਸੀਂ ਜਿਹੜਾ ਸਾਡਾ ਸੱਭਿਆਚਾਰ ਆ ਵਿਰਾਸਤ ਆ ਉਹਦੇ ਫਖਰ ਨੂੰ ਯਾਦ ਕਰਦੇ ਆ ਜੀ ਔਰ ਆਪਣੇ ਮਾਸਕ ਦਾ ਭਾਗ ਬਣਾਨੇ ਆ ਜੀ ਤੇ ਜਿਹੜੇ ਸਮੂਹ ਕੈਨੇਡੀਅਨਾਂ ਦੇ ਸੰਮੂਹ ਕਰਦੇ ਆ ਤਾਂ ਕਿ ਜੋ ਸਾਡਾ ਸਰੂਪ ਤੇ ਸਿਧਾਂਤ ਬਚਿਆ ਰਹੇ ਹਮ ਔਰ ਅਸੀਂ ਕਿਸੇ ਨੂੰ ਅਦਰ ਕਰਕੇ ਨਹੀਂ ਦੇਖਦੇ ਸਾਰਿਆਂ ਨੂੰ ਸਾਰਿਆਂ 'ਚ ਇੱਕ ਦੇਖਦੇ ਆ ਚਾਹੇ ਸਾਡੇ 'ਚ ਵਿਭਿੰਨਤਾ ਹੈਗੀ ਆ ਡਾਈਵਰਸਿਟੀ ਹੈਗੀ ਆ ਪਰ ਇੱਕ ਸਾਡੀ ਸਮਾਨਤਾ ਵੀ ਹੈਗੀ ਆ ਵਿੱਚ ਸੋ ਇਹ ਸਾਰਿਆਂ ਨੂੰ ਦੇਖ ਕੇ ਅਸੀਂ ਸੋਚਿਆ ਕਿ ਕਿਉਂ ਨਾ ਇੱਕ ਚੜ੍ਹਦੀ ਕਲਾ ਦਾ ਜਿਹੜਾ ਪ੍ਰਗਟਾਵਾ ਆ ਉਹ ਅਸੀਂ ਸਾਰੇ ਕੈਨੇਡਾ ਨਾਲ ਸਾਂਝਾ ਕਰੀਏ ਬਹੁਤ ਅੱਛਾ ਜੀ ਇਹ ਚੀਜ਼ ਬੜੀ ਵੱਡੀ ਹੈ ਕਿ ਚੜ੍ਹਦੀ ਕਲਾ ਇੱਕ ਟਾਈਟਲ ਤੇ ਲਿਆ ਕੇ ਚੜ੍ਹਦੀ ਕਲਾ ਦਾ ਸਫਰ ਜਾਂ ਪ੍ਰਤੀਕ ਜਿਹੜਾ ਹੈ ਸੋ ਜਦੋਂ ਅਸੀਂ ਲਾਹੌਰ ਤੋਂ ਲੰਡਨ ਇਹ ਸ਼ਬਦ ਦਿਮਾਗ 'ਚ ਲਿਆਉਣੇ ਆ ਤੇ ਸਾਡੇ ਸਾਹਮਣੇ ਦੋ ਸਲਤਨਤਾਂ ਖੜ ਜਾਂਦੀਆਂ ਨੇ ਇੱਕ ਤਾਂ ਉਹ ਦੁਨੀਆ 'ਚ ਜਿਹਨੂੰ ਕਿਹਾ ਜਾਂਦਾ ਹੈ ਕਿ ਲੰਡਨ ਦੀ ਜਿਹੜੀ ਸਿਵਲਾਈਜੇਸ਼ਨ ਹੈ ਉਹ ਪਤਾ ਨਹੀਂ ਕੀ ਹੈ ਕਿ ਸੂਰਜ ਡੁੱਬਦਾ ਨਹੀਂ ਸੀ ਕਦੇ ਛੁਪਦਾ ਨਹੀਂ ਇਹਨਾਂ ਦੇ ਰਾਜ ਦਾ ਲੰਡਨ ਨੇ ਜੋ ਕਾਇਮ ਕੀਤਾ ਉਸ ਨੂੰ ਲੈ ਕੇ ਬੜੇ ਉਸ ਦੇ ਜਿਹੜੇ ਗੁੱਡੇ ਬਣੇ ਜਾਂਦੇ ਨੇ ਬੜਾ ਕੁਝ ਕੀਤਾ ਜਾਂਦਾ ਪਰ ਇੱਕ ਗੱਲ ਸੋਚਣ ਵਾਲੀ ਹੈ ਕਿ ਲੰਡਨ ਦਾ ਸੂਰਜ ਤਾਂ ਉਹ ਉਸੇ ਦਿਨ ਹੀ ਡੁੱਬ ਗਿਆ ਜਦੋਂ ਵਸਤੀਵਾਦ ਦਾ ਜੈਕਨੋਲ ਕਲੋਨੀਅਲ ਸਿਸਟਮ ਨੂੰ ਅੰਤ ਕਰਨ ਦੇ ਵਾਸਤੇ ਜਿਹੜਾ ਸਾਡੇ ਇੱਕ ਯੋਧੇ ਮਹਾਨ ਯੋਧੇ ਉਦਮ ਸਿੰਘ ਨੇ ਲੰਡਨ ਬਸਤੀਵਾਦ ਦਾ ਜੜ ਹੁੰਦਾ ਸੀ ਗੜ ਲੰਡਨ ਬਸਤੀਵਾਦ ਦਾ ਜੜ ਹੁੰਦਾ ਸੀ ਗੜ ਊਧਮ ਸਿੰਘ ਸਰਦਾਰ ਨੇ ਤਦ ਭੰਨੀ ਸੀ ਤੜ ਉਹਦੀ ਤੜ ਤਾਂ ਭੰਨ ਦਿੱਤੀ ਸੀ ਪਰ ਇਹ ਗੱਲ ਹੈ ਕਿ ਖਾਲਸੇ ਦਾ یوں ਕਹਿ ਸਕਦੇ ਆ ਕਿ ਉਹ ਜਿਹੜਾ ਕਿ ਖਾਲਸਾ ਹੈ ਉਸ ਦਾ ਸੂਰਜ ਨਹੀਂ ਕਿਤੇ ਡੁੱਬਦਾ ਚਾਹੇ ਦੱਖਣ ਲੈ ਲਓ ਉੱਤਰ ਲੈ ਕੇ ਲਓ ਪੱਛਮ ਪੂਰਬ ਦੁਨੀਆ ਦਾ ਕੋਈ ਖੰਨਾ ਕੋਈ ਹਿੱਸਾ ਹਰ ਥਾਂ ਤੇ ਇਹ ਪੰਥ ਦੇ ਜਿਹੜੇ ਉਲਟੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਨਜ਼ਰ ਆ ਰਹੇ ਨੇ ਪਰ ਇਹ ਖਾਲਸਾ ਰਾਜ ਦਾ ਪਰਚਮ ਚਲਾਉਣ ਦੇ ਵਿੱਚ ਜੋ ਲਾਹੌਰ ਤੋਂ ਸਫ਼ਰ ਜਿਵੇਂ ਅੱਗੇ ਵਧਿਆ ਉਹ ਇਹ ਪ੍ਰਦਰਸ਼ਨੀ ਪੇਸ਼ ਕਰਦੀ ਹੈ ਸੋ ਲਾਹੌਰ ਤੋਂ ਲੰਡਨ ਇਹ ਦੁੱਖ ਦਾ ਸਫ਼ਰ ਵੀ ਹੈ ਸੰਤਾਪ ਦਾ ਵੀ ਹੈ ਪੰਜਾਬ ਦੇ ਦੇਸ਼ ਪੰਜਾਬ ਦੇ ਰਾਜ ਖੁੱਸਣ ਦਾ ਵੀ ਹੈ ਪ੍ਰਦਰਸ਼ਨੀ ਦੇ ਵਿੱਚ ਇਸ ਨੂੰ ਕਿਵੇਂ ਕਿਵੇਂ ਤੁਸੀਂ ਕਲਮਬਦ ਕੀਤਾ ਜੀ ਜੀ ਜਿੱਦਾਂ ਤੁਸੀਂ ਅਰਜ਼ ਕੀਤਾ ਨਾ ਵੀ ਦੁੱਖ ਦਾ ਵੀ ਸੰਤਾਪ ਦਾ ਵੀ ਆ ਪਰ ਐਸੀ ਦੁੱਖ ਨੂੰ ਵੀ दारू ਮੰਨਦੇ ਆ ਤੇ ਸੰਤਾਪ ਨੂੰ ਵੀ दारू ਮੰਨਦੇ ਆ ਦ ਸੇਮ ਟਾਈਮ ਹੈ ਨਾ ਤਾਂ ਹੀ ਕਰਕੇ ਚੜਦੀ ਕਲਾ ਚ ਰਹਿਨੇ ਆ ਔਰ ਐਸੀ ਹਰ ਜਿਹੜਾ ਕੈਨੇਡੀਅਨ ਆ ਉਹ ਉਹਨੂੰ ਉਹਦੇ ਅਸੀਂ ਚੇਤਿਆਂ ਚ ਸ਼ਬਦ ਬਸਾਉਣਾ ਚਾਹੁੰਦੇ ਆ ਵੀ ਜਦੋਂ ਉਹ ਵੀ ਕਿਤੇ ਦੁੱਖ ਸੰਤਾਪ ਚ ਹੋਵੇ ਉਹ ਵੀ ਕਹਵੇ ਇੰਗਲਿਸ਼ ਆਈ ਏਮ ਇਨ ਚੜਦੀ ਕਲਾ ਹਮ ਹੈ ਨਾ ਸੋ ਜਿਹੜੀ ਇਹ ਪ੍ਰਦਰਸ਼ਨੀ ਆ ਇਹ ਜਦੋਂ ਆਪਣਾ ਸਿੱਖ ਰਾਜ ਸਰਕਾਰੇ ਖਾਲਸਾ ਖੁਸਿਆ ਉਸ ਵਕਤ ਤੋਂ ਲੈ ਕੇ ਸੋਫੀਆ ਦਲੀਪ ਸਿੰਘ ਦਾ ਜਿਹੜਾ ਉਹ ਸਮਾਂ ਆ ਉਹਦੇ ਤੇ ਇੱਕ ਛੋਟੀ ਜੀ ਝਾਤ ਆ ਅੱਛਾ ਤੇ ਉਹਦੇ ਵਿੱਚ ਕੁਝ ਕਿਤਾਬਾਂ ਸੀ ਰੱਖੀਆਂ ਹੋਈਆਂ ਨੇ ਕੁਝ ਜਿਹੜੇ ਆਪਣੇ ਸਿੱਖ ਫੌਜੀ ਵਰਲਡ ਵਾਰ ਚ ਗਏ ਸੀਗੇ ਚਾਹੇ ਪਹਿਲੀ ਹੈ ਦੂਜੀ ਉਹਨਾਂ ਬਾਰੇ ਗੱਲ ਹੋਈ ਆ ਵਿਕਟਰ ਦਲੀਪ ਸਿੰਘ ਬਾਰੇ ਉਹਨਾਂ ਦੀ ਗੱਲ ਆ ਉੱਥੇ ਉਹਦੇ ਤੋਂ ਬਾਅਦ ਮਹਾਰਾਜਾ ਦਲੀਪ ਸਿੰਘ ਦੀਆਂ ਕੁਝ ਵਸਤਾਂ ਨੇ ਉੱਥੇ ਇਸ ਤਰ੍ਹਾਂ ਇੱਕ ਉਹ ਇੱਕ ਆਪਾਂ ਇੱਕ ਕਹਾਣੀ ਬਣਾਈ ਹੋਈ ਆ ਛੋਟੀ ਜੀ ਹੂੰ ਕਿ ਕਿਸ ਤਰ੍ਹਾਂ ਰਾਜ ਖੁੱਸਿਆ ਕਿਸ ਤਰ੍ਹਾਂ ਸਾਡੀ ਰਾਣੀ ਨੇ ਬ੍ਰਿਟਿਸ਼ ਦੇ ਵਿੱਚ ਇੰਗਲੈਂਡ ਚ ਰਹਿੰਦੇ ਹੋਏ ਕਿਸ ਤਰ੍ਹਾਂ ਸਾਰੀਆਂ ਔਰਤਾਂ ਦੇ ਵੋਟ ਦੇ ਹੱਕ ਲਈ ਉਹ 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 ਖੜੇ ਉਹ ਔਰ ਬਹੁਤ ਜ਼ੋਰ ਨਾਲ ਉਹਨਾਂ ਨੇ ਵੋਟ ਦਾ ਜਿਹੜਾ ਹੱਕ ਸੀ ਸਾਰਿਆਂ ਨੂੰ ਦਵਾਇਆ ਸੋ ਐਸੀ ਕਿਸੇ ਵੀ ਹਾਲਚ ਹੋਈਏ ਚਾਹੇ ਰਾਜ ਭਾਗ ਹੋਵੇ ਜਾਂ ਨਾ ਹੋਵੇ ਅਸੀਂ ਹਮੇਸ਼ਾ ਚੜ੍ਹਦੀ ਕਲਾ ਚ ਰਹਿਣਾ ਔਰ ਸਰਬਤ ਦਾ ਭਲੇ ਦਾ ਜਿਹੜਾ ਕਨਸੈਪਟ ਆ ਉਹ ਅਸੀਂ ਕਦੀ ਨਹੀਂ ਭੁੱਲਦੇ ਇਸੇ ਕਰਕੇ ਉਹਦੀ ਸਾਨੂੰ ਮਿਹਰ ਹੁੰਦੀ ਆ ਇਸੇ ਕਰਕੇ ਅਸੀਂ ਕਦੀ ਵੀ ਆਪੇ ਆਪ ਨੂੰ ਐਜ਼ ਅ ਵਿਕਟਮ ਆਈਡੈਂਟੀਫਾਈ ਨਹੀਂ ਕਰਦੇ ਨਹੀਂ ਅਸੀਂ ਕਰਾਂਗੇ ਜੀ ਜੀ ਬਹੁਤ ਵਧੀਆ ਗੱਲ ਤੁਸੀਂ ਆਹੀ ਗੱਲ ਆ ਨਾ ਜਿਹੜੀ ਇਹ ਗੱਲ ਹੈ ਸਭ ਤੋਂ ਵੱਡੀ ਗੱਲ ਕਿ ਵਿਕਟਮ ਆਪਣੇ ਆਪ ਨੂੰ ਪੀੜਿਤ ਕਮਜ਼ੋਰ ਕਮਜ਼ੋਰ ਲਾਚਾਰ ਬੇਬਸ ਮਜ਼ਲੂਮ ਇਸ ਤਰ੍ਹਾਂ ਪੇਸ਼ ਕਰਨ ਦੀ ਥਾਂ ਤੇ ਸਾਨੂੰ ਗੁਰੂ ਸਾਹਿਬ ਦੇ ਸਿਧਾਂਤ ਦੇ ਚੜ੍ਹਦੀ ਕਲਾ ਦੇ ਸੰਕਲਪ ਨੂੰ ਬਿਆਨ ਕਰਨਾ ਬੜਾ ਜ਼ਰੂਰੀ ਹੈ ਪਿੱਛੇ ਜੇ ਗੁਰੂ ਨਾਨਕ ਜਹਾਜ਼ ਦੇ ਕੋਈ ਇੱਕ ਚਿੱਤਰ ਦੇਖ ਰਿਹਾ ਸੀ ਮੈਂ ਕੁਝ ਥਾਮਾਂ ਤੇ ਉਸ ਨੂੰ ਜਿਹੜਾ ਪੇਸ਼ ਕੀਤਾ ਗਿਆ ਹਾਲਾਂਕਿ ਉਸ ਦੇ ਨਾਮ ਨੂੰ ਵੀ ਵਿਗਾੜਿਆ ਗਿਆ ਜਦੋਂ ਲਗਾਤਾਰ ਖਾਮਾਗਾਠਾ ਮਰੂ ਕਿਹਾ ਜਾਂਦਾ ਉਹ ਗੁਰੂ ਨਾਨਕ ਜਹਾਜ਼ ਹੈ ਵੈਨਕੂਵਰ ਦੇ ਵਿੱਚ ਮੈਂ ਰਾਜ ਸਿੰਘ ਦੀ ਕੁਝ ਹੋਰ ਸੱਜਣ ਮਿੱਤਰ ਪ੍ਰਿੰਸੀਪਲ ਗਿਆਨ ਸਿੰਘ ਕੋਟਲੀ ਤੇ ਹੋਰ ਜਾਣਕਾਰ ਜਿਹੜੇ ਇਕੱਠੇ ਸਾਂ ਤੇ ਅਸੀਂ ਦੇਖ ਰਹੇ ਸਾਂ ਕਿ ਇਕ ਥਾਂ ਦੇ ਚਿੱਤਰ ਬਣਿਆ ਹੋਇਆ ਜਿਹੜੇ ਉਸ ਦੇ ਮੁਸਾਫਰ ਨੇ ਉਹਨਾਂ ਦੇ ਚਿਹਰੇ ਮੁਰਝਾਏ ਹੋਏ ਨੇ ਉਦਾਸ ਨੇ ਟੁੱਟੇ ਹੋਏ ਨੇ ਨਿਰਾਸ਼ ਨੇ ਉਹ ਗੱਲ ਨੂੰ ਅੱਖੋਂ ਪਰੋਖੇ ਕਰ ਦਿੱਤਾ ਗਿਆ ਕਿ ਜਦੋਂ ਸੀ ਲਾਈਨ ਗੁਰਨਾਨਕ ਜਹਾਜ਼ ਦੇ ਸਾਹਮਣੇ ਲਿਆ ਕੇ ਖੜਾ ਕੀਤਾ ਬ੍ਰਿਟਿਸ਼ ਡੋਮੀਨੀਅਨ ਕੈਨੇਡਾ ਦੀ ਉਸ ਵੇਲੇ ਦੀ ਸਰਕਾਰ ਨੇ ਤਾਂ ਉਸ ਵੇਲੇ ਗੁਰੂ ਗ੍ਰੰਥ ਸਾਹਿਬ ਤੋਂ ਹੁਕਮਨਾਮਾ ਲਿਆ ਉਹਨਾਂ ਸਾਰਿਆਂ ਨੇ ਜਿਹੜੇ ਮजूद ਸੀ ਸਿੰਘਾਂ ਨੇ ਕਿਹਾ ਵੀ ਗੱਲ ਇਹ ਹੈ ਕਿ ਹੁਣ ਜਨਤਰੀ ਤੇ ਧਰਮ ਦਾ ਸਮਾਂ ਆ ਗਿਆ ਹੁਣ ਇਸ ਵੇਲੇ ਅਸੀਂ ਡਰਨਾ ਝੁਕਣਾ ਜਾਂ ਆਪਣੇ ਆਪ ਨੂੰ ਪੀੜਤ ਪੇਸ਼ ਨਹੀਂ ਕਰਨਾ ਹੁਣ ਇਹਨਾਂ ਨੂੰ ਅਸੀਂ ਇਹ ਗੱਲ ਦਿਖਾਉਣਾ ਕਿ ਵੀਰ ਰਸ ਕੀ ਹੁੰਦਾ ਤੇ ਜਦੋਂ ਉਹਨਾਂ ਨੇ ਇਸ ਗੱਲ ਦੇ ਲਈ ਉਥੋਂ ਇੱਟ ਵੀ ੁੱਟੀ ਇੱਕੋ ਹਮਲਾ ਉਧਰੋਂ ਬੰਦੂਖਾਂ ਤਾਲੀਆਂ ਹੋਈਆਂ ਸਨ ਹਮਲਾ ਤਿਆਰ ਸੀ ਪਰ ਇਧਰੋਂ ਸਿੰਘ ਜਰੂਰ ਤਿਆਰ ਹੋਏ ਕਿ ਸਾਡੇ ਕੋਲੇ ਕੋਲੇ ਭਰ ਲਏ ਅਸੀਂ ਹੋਰ ਸਾਰਾ ਸਮਾਨ ਤਿਆਰ ਕਰ ਲਿਆ ਹੁਣ ਅਸੀਂ ਛੱਡਣੇ ਨਹੀਂ ਤੇ ਉਹ ਚੜ੍ਹਦੀ ਕਲਾ ਦਾ ਸੰਕਲਪ ਆਪਣੀ ਸੀਮਤ ਸਰੋਤਾਂ ਦੇ ਰਾਈ ਆਤਮਕ ਜਿਹੜੀ ਬਾਲ ਦੀ ਗੱਲ ਸੀ ਜਦੋਂ ਅਸੀਂ ਔਂ ਕਈ ਵਾਰ ਠੰਦੀ ਕਲਾ ਦੀਆਂ ਗੱਲਾਂ ਕਰਦੇ ਆ ਤਾਂ ਫਿਰ ਉਸ ਵੇੜੇ ਸਾਨੂੰ ਆਪਣੇ ਇਤਿਹਾਸ ਤੇ ਵਿਰਸੇ ਜਿਸ ਦੇ ਵਿੱਚ ਗੁਰੂ ਸਾਹਿਬ ਤਿੱਤੀ ਤਵੀ ਤੇ ਬੈਠ ਕੇ ਵੀ ਦਿੱਲੀ ਦੇ ਚਾਂਦਨੀ ਚੌਕ 'ਚ ਵੀ ਬੱਚੇ ਚਮਕੌਰ ਦੀ ਗੜੀ 'ਚ ਸੈਬਜ਼ਾਦਿਆਂ ਦੀ ਸ਼ਹਾਦਤ ਲਾਓ ਨੀਹਾਂ ਦੇ ਵਿੱਚ ਸੈਬਜ਼ਾਦਿਆਂ ਦੀ ਸ਼ਹਾਦਤ ਬੰਦਾ ਸਿੰਘ ਬਹਾਦਰ ਉਹਨਾਂ ਦੇ ਮੂੰਹ 'ਚ ਪੁੱਤਰ ਦੇ ਕਾਲਜੇ ਨੂੰ ਪਾਉਣ ਦੀ ਗੱਲ ਮਣੀ ਸਿੰਘ ਤਾਰੂ ਸਿੰਘ ਸ਼ਹਬਾਜ਼ ਸਿੰਘ ਸੁਬੇਗ ਸਿੰਘ ਕਿਹਦਾ ਕਿਹਦਾ ਨਾਮ ਲੱਗਿਆ ਤੇ ਇਹ 20ਵੀਂ ਸਦੀ ਦੇ ਸ਼ਹੀਦ ਵੀ ਸਾਡੇ ਬੇਅੰਤ ਨਹੀਂ ਅਸੀਂ ਉਹਨਾਂ ਦੀ ਗੱਲ ਕਰੀਏ ਸੋ ਜਿਹੜੀ ਇਹ ਪ੍ਰਦਰਸ਼ਨੀ ਹੈ ਸਾਡੀ ਅੱਜ ਦੀ ਜੰਗ ਜਨਰੇਸ਼ਨ ਜਿਹੜੀ ਕੈਨੇਡਾ ਦੀ ਜੰਪਲ ਹੈ ਆਪਣੇ ਇਤਿਹਾਸ ਤੋਂ ਪੂਰੀ ਵਾਕਬ ਨਹੀਂ ਹੈ ਉਹਨਾਂ ਨੂੰ ਇੰਗਲਿਸ਼ ਤੇ ਉਹਨਾਂ ਦੇ ਨਾਲ ਨਾਲ ਜਿਹੜੀ ਆਪਣੀ ਗੁਰਮੁਖੀ ਜ਼ੁਬਾਨ ਪੰਜਾਬੀ ਦੇ ਵਿੱਚ ਜਾਣਕਾਰੀ ਦੇਣ ਲਈ ਕਿਵੇਂ ਕਿ ਇਹਨੂੰ ਬਿਉਤਵਦ ਕੀਤਾ ਗਿਆ ਜੀ ਜੀ ਜਿਹੜੇ ਆਪਾਂ ਉੱਥੇ ਸਰਲੇਖ ਲਿਖੇ ਹੋਏ ਨੇ ਵਸਾਂ ਦੇ ਇਹ ਜਿਹੜੇ ਪੈਨਲ ਲੱਗੇ ਹੋਏ ਨੇ ਜੀ ਉਹ ਉਹ ਤਾਂ ਇੰਗਲਿਸ਼ 'ਚ ਨੇ ਕਿਉਂਕਿ ਉਹ ਜਗ੍ਹਾ ਦੀ ਕਮੀ ਕਰਕੇ ਤਾਂ ਕਿ ਆਪਾਂ ਨੂੰ ਬੜੀ ਲਿਮਟਿਡ ਜੀ ਥਾਂ ਮਿਲੀ ਸੀ ਉੱਥੇ ਪਰ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਸਾਡੇ 'ਚ ਇੱਕ ਬੰਦਾ ਉੱਥੇ ਹੋਵੇ ਵੀਕਐਂਡ ਤੇ ਅ ਔਰ ਉਹ ਚੰਗੀ ਇੰਟਰੈਕਸ਼ਨ ਹੋ ਜਾਂਦੀ ਏ ਉਹਦੇ ਨਾਲ ਤੇ ਉਹ ਸੰਖੇਪ 'ਚ ਜਾਂ ਉਹਦਾ ਵਿਸਤਾਰ 'ਚ ਦੱਸ ਸਕਦੇ ਨੇ ਜਿੱਦਾਂ ਵੀ ਕਿਸੇ ਦੀ ਸਵਾਲ ਹੋਣਗੇ ਅ ਔਰ ਆਨਲਾਈਨ ਜਿਹੜੀ ਆਪਣੀ ਬੰਜਾਰਾ ਨੋਮੈਡ ਆ ਵੈਬ ਪੇਜ ਉਹਦੇ ਉੱਪਰ ਆਪਾਂ ਇੱਕ ਵਰਚੁਅਲ ਟੂਰ ਪਾਇਆ ਹੋਇਆ ਹੈ ਕਿਉਂਕਿ ਜਿਹੜੇ ਆਪਣੇ ਕੈਨੇਡੀਅਨ ਫਰੀਚ ਨਹੀਂ ਹੈਗੇ ਲੈਂਗੁਏਜ ਇੰਨੀ ਦੂਰ ਦਰਾਡੇ ਰਹਿੰਦੇ ਨੇ ਉਹ ਆਨਲਾਈਨ ਦੇਖ ਸਕਣ इवन ਦੇਸ਼ ਪੰਜਾਬ ਚ ਜਿਹੜੇ ਰਹਿੰਦੇ ਨੇ ਉਹ ਵੀ ਦੇਖ ਸਕਣ ਇੰਗਲੈਂਡ ਯੂਰਪ ਇਸ ਤਰ੍ਹਾਂ ਵਰਚੁਅਲ ਟੂਰ ਸ਼ੇਅਰ ਕੀਤਾ ਹੋਇਆ ਜੀ ਆਪਾਂ ਬਿਲਕੁਲ ਜੀ ਉਹਦੇ ਵਿੱਚੋਂ ਮੈਨੂੰ ਲੱਗਦਾ ਹੈ ਕਿ ਜੇ ਉਹ ਸਾਰਾ ਟੂਰ ਤੁਸੀਂ ਇੱਕ ਵਾਰੀ ਪਹਿਲੇ ਸਟੈਪ ਤੋਂ ਅਖੀਰ ਤੱਕ ਸ਼ਬਦਾਂ ਰਾਹੀਂ ਥੋੜਾ ਥੋੜਾ ਬਿਆਨ ਕਰਦੇ ਜਾਓ ਸਟੈਪ ਬਾਈ ਸਟੈਪ ਤੇ ਕੁਝ ਭਲਾਂ ਦੇ ਵਿੱਚ ਦਰਸ਼ਕਾਂ ਨੂੰ ਉਸ ਦੀ ਦਿਲਚਸਪੀ ਉਤਸੁਕਤਾ ਜਿਹੜੀ ਹੈ ਪਤਾ ਲੱਗ ਜਾਵੇ ਜੀ ਸਭ ਤੋਂ ਪਹਿਲਾਂ ਜੀ ਚੜਦੀ ਕਲਾ ਉਹ ਦਾ ਸਰਲੇਖ ਹੈ ਜੀ ਸੋ ਚੜਦੀ ਕਲਾ ਤੋਂ ਸ਼ੁਰੂ ਹੁੰਦੀ ਹੈ ਉਹਦੇ ਵਿੱਚ ਅਸੀਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੋਈ ਹੈ ਕਿ ਕਿਵੇਂ ਜਿਹੜੇ ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਨਾ ਜਿਹੜੇ ਮਰਜ਼ੀ ਹਾਲਚ ਹੋਈਏ ਅਸੀਂ ਹਮੇਸ਼ਾ ਉਸ ਥਾਟ ਨਾਲ ਇੱਕ ਵਿੱਚ ਹੋ ਕੇ ਰਹਿਨੇ ਆ ਹਮ ਔਰ ਉਹਦੇ ਹੁਕਮ ਨੂੰ ਮੰਨਦੇ ਆ ਉਹਦੇ ਤੋਂ ਬਾਅਦ ਚੋਂ ਇੱਕ ਪੈਨਲ ਤੇ ਦੇਸ਼ ਪੰਜਾਬ ਬਾਰੇ ਦੱਸਿਆ ਹੋਇਆ ਕਿਵੇਂ ਰਾਜ ਖੁੱਸਿਆ ਕਿਵੇਂ ਸਰਕਾਰੇ ਖਾਲਸਾ ਉਹਨੂੰ ਰਾਜ ਆਪਣੇ ਤੋਂ ਖੋਇਆ ਗਿਆ ਕਿਵੇਂ ਦਲੀਪ ਸਿੰਘ ਹੁਣੀ ਇੰਗਲੈਂਡ ਲਿਆਂਦੇ ਗਏ ਕਿੱਦਾਂ ਉਹਨਾਂ ਨੂੰ ਬੈਪਟਾਈਜ਼ ਕਰਕੇ 크ਿਸਚੀਅਨ ਬਣਾਇਆ ਗਿਆ ਤੇ ਕਿੱਦਾਂ ਗਿਆਨੀ ਪ੍ਰਤਾਪ ਸਿੰਘ ਉਹਨਾਂ ਨੇ ਉਹਨੂੰ ਮੁੜ ਅਮਰਿਤ ਛਕਾਇਆ ਜੀ ਸੋ ਉਹਦੇ ਤੋਂ ਬਾਅਦ ਚ ਉਹਦੇ ਵਿੱਚ ਹਮਰਾਖਤ ਪਾਸ਼ਾ ਹੀ ਦਾਅਵੇ ਦਾ ਵੀ ਜ਼ਿਕਰ ਹੈ ਕਿ ਉਹ ਦਾਵਾ ਜਿਹੜਾ ਸਿੱਖਾਂ ਦਾ ਦਾਵਾ ਆ ਉਹ ਸਾਰੇ ਕੈਨੇਡਾ ਦਾ ਵੀ ਦਾਵਾ ਆ ਕਿ ਜਿਹੜੀ ਐਸੀ ਸਰੀਰਕ ਤੇ ਮਾਨਸਿਕ ਤੌਰ ਤੇ ਹਮੇਸ਼ਾ ਆਜ਼ਾਦ ਰਹੀ ਹੈ ਔਰ 에 اسی ਸਾਰੇ ਲਈ ਚਾਹੁੰਦੇ ਆ ਕਿ ਕੁੱਲ ਜਹਾਨ ਦੇ ਲੋਕ ਉਹ ਕਿਸੇ ਵੀ ਸਰੀਰਕ ਤੇ ਮਾਨਸਿਕ ਦਵਾ ਦੇ ਥੱਲੇ ਨਾ ਹੋਣ ਸੋ ਜੇ ਅਸੀਂ ਕਹਿੰਦੇ ਆ ਵੀ ਹਮ ਰੱਖ ਪਾਸ਼ਾਹੀ ਦਾਵਾ ਤੇ ਅਸੀਂ ਬੇਨਤੀ ਇਹ ਕਰਾਂਗੇ ਵੀ ਉਹ ਵੀ ਇਹਨੂੰ ਮੰਨਣ ਤੇ ਉਹ ਵੀ ਕਹਿਣ ਤੇ ਉਹਦੇ ਵਿੱਚ ਬਾਦਸ਼ਾਹ ਦਰਵੇਸ਼ ਦਾ ਵੀ ਜ਼ਿਕਰ ਹੈ ਜੀ ਜੀ ਆ ਉਹਦੇ ਤੋਂ ਹੁਕਮ ਨਦਰ ਰਜ਼ਾਦਾ ਵੀ ਜ਼ਿਕਰ ਹੈ ਉਹਦੇ ਵਿੱਚ ਔਰ ਕੁਛ ਅਸੀਂ ਆਪਣਾ ਵੀ ਸਨੇਹਾ ਦਿੱਤਾ ਹੋਇਆ ਕਿ ਅਸੀਂ ਕਿਸ ਤਰ੍ਹਾਂ ਸੋਚਦੇ ਆ ਕਿ ਅਸੀਂ ਰੇਸਿਜ਼ਮ ਦੇ ਖਿਲਾਫ ਆ ਜਾਜ਼ਪਾਤ ਦੇ ਖਿਲਾਫ ਹਾਂ ਉਹ ਸਾਰਿਆਂ ਨੂੰ ਇੱਕ ਕਰਕੇ ਦੇਖਦੇ ਹਾਂ ਸਾਡੇ ਲਈ ਕੋਈ ਬਗਾਨਾ ਨਹੀਂ ਹੈਗਾ ਸਭੇ ਸਾਂਝੀ ਵਾਲ ਸਦਾਇਨ ਕੋਈ ਨਾ ਦਿਸੇ ਬਾਹਰਾ ਜੀਓ ਹਨਾ ਸਰਬਤ ਦੇ ਭਲੇ ਦੇ ਹਾਮੀ ਆਸੀਂ ਸੋ ਇਹ ਸਾਰੇ ਸੰਦੇਸ਼ ਉਹ ਚ ਦਿੱਤੇ ਹੋਏ ਨੇ ਜੀ ਬਾਕੀ ਮੈਂ ਕਵਾਂਗਾ ਬੇਸ਼ੱਕ ਜੇ ਦੂਰ ਰਹਨੇ ਆਨਲਾਈਨ ਜਾਂ ਜੇ ਤੁਸੀਂ ਜਾ ਸਕਦੇ ਹੋ ਇਹ ਜਿਹੜੀ ਐਗਜ਼ੀਬਿਸ਼ਨ ਆ ਇਹ ਸੋਮਵਾਰ ਨੂੰ ਬੰਦ ਹੁੰਦੀ ਹੈ ਜੀ ਟਿਊਜ਼ਡੇ ਤੋਂ ਲੈ ਕੇ ਸੰਡੇ ਤੱਕ ਤੇ ਟਿਊਸਡੇ ਤੋਂ ਸੈਟਰਡੇ ਖੁੱਲਦੀ ਆ ਫਿਰੇ 9:30 ਤੋਂ 5:30 ਤੇ ਸੰਡੇ 12 ਤੋਂ 5 ਸੋ ਜ਼ਰੂਰ ਜਾਇਓ ਆਪਣੇ ਪਰਿਵਾਰ ਦੇ ਨਾਲ ਤੇ ਦੇਖੋ ਉਹਨਾਂ ਨੂੰ ਬਿਲਕੁਲ ਜਿਹੜਾ ਤੁਸੀਂ ਇੱਕ ਸੰਖੇਪ ਦੇ ਵਿੱਚ ਉਸ ਦਾ ਜਿਹੜਾ ਵੀਰਵਾ ਦਿੱਤਾ ਇਹ ਅਸਲ ਦੇ ਵਿੱਚ ਇਹ ਕੁਝ 49 ਪੱਖ ਨੇ ਇਸ ਤੋਂ ਇਲਾਵਾ ਵੀ ਇੰਨਾ ਕੁਸ਼ ਹੈ ਉਹਦੇ ਵਿੱਚ ਜਿਸ ਪ੍ਰਦਰਸ਼ਨੀ ਨੇ ਮੈਨੂੰ ਬੇਹਦ ਪ੍ਰਭਾਵਿਤ ਕੀਤਾ ਜਿਸ ਦਿਨ ਇਹਦਾ ਰਸਮੀ ਉਦਘਾਟਨ ਹੋਇਆ ਤੇ ਇਹ ਐਗਜ਼ਿਬਿਸ਼ਨ ਲਾਈ ਗਈ ਪਹਿਲਾ ਅਰਦਾਸ ਕੀਤੀ ਗਈ ਹਿਸ਼ਤ ਦੇ ਅੱਗੇ ਸਤਿਗੁਰੂ ਅੱਗੇ ਉਹਦੀ ਬਖਸ਼ਿਸ਼ ਹੈ ਉਹ ਅਰਦਾਸ ਦੇ ਵਿੱਚ ਬਰਕਤ ਹੈ ਉਸ ਤੋਂ ਬਾਅਦ ਫੇਰੇ ਜਿਹੜਾ ਪਹਿਲਾ ਜਿਹੜਾ ਪ੍ਰਦਰਸ਼ਨੀ ਦਾ ਜਿਹੜਾ ਟੂਰ ਸ਼ੁਰੂ ਹੋਇਆ ਉਸ ਦੇ ਵਿੱਚ ਖੁਦ ਮੈਂ ਸ਼ਾਮਲ ਸੀ ਜਦੋਂ ਸਾਰੀਆਂ ਗੱਲਾਂ ਜਿਹੜੀਆਂ ਕਿ ਅੱਜ ਅਸੀਂ ਕਰ ਰਹੇ ਹਾਂ ਉਹ ਤੱਕ ਰੇ ਸਾਂ ਤਾਂ ਸਾਡੇ ਸਾਹਮਣੇ 1800 18ਵੀਂ ਸਦੀ ਦੇ ਉਹ ਸਮੇਂ ਦਾ ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਉਂਦਾ ਤੇ ਕਿਵੇਂ ਮਾਹੌਲ ਸੀ ਕਿਵੇਂ ਉਹਦੇ ਬਾਰੇ ਲਿਖਿਆ ਜਾਂਦਾ ਕਿਸ ਤਰੀਕੇ ਦੇ ਨਾਲ ਉਸ ਰਾਜੇ ਦੇ ਕੋਲ ਦੁਨੀਆ ਦੇ ਕਹਿੰਦੇ ਕਹਾਉਂਦੇ ਜਿਹੜੇ ਅਹਲਕਾਰ ਵਜ਼ੀਰ ਜਾਂ ਫੌਜਾਂ ਦੇ ਜਰਨੈਲਸ ਜਨਰਲ ਵੈਂਥਰਾ ਵਰਗੇ ਜਿਨ੍ਹਾਂ ਦੇ ਵਾਸਤੇ ਸ਼ਰਤਾਂ ਇਹ ਸਨ ਕਿ ਭਾਈ ਤੈਨੂੰ ਰੱਖ ਲਾਂਗੇ ਇੱਕ ਤਾਂ ਤੇਰੀ ਜਿਹੜੀ ਸਿਗਰਟ ਹੈ ਉਹ ਨਹੀਂ ਤੂੰ ਸੇਵਨ ਕਰ ਸਕਦਾ ਤੇ ਇੱਕ ਜਿਹੜੀ ਦਾੜ੍ਹੀ ਹੈ ਉਹ ਤੈਨੂੰ ਰੱਖਣੀ ਪੈਣੀ ਹੈ ਦੇਖੋ ਅੱਜ ਅਸੀਂ ਆਇਲਟ ਕਰਕੇ ਇਹਨਾਂ ਦੇਸ਼ਾਂ ਜਾ ਰਹੇ ਹਾਂ ਉਸ ਵੇਲੇ ਆਇਲਟ ਉਥੋਂ ਦੀ ਕਰਕੇ ਜਿਹੜੇ ਪੰਜਾਬ ਦੇ ਵਿੱਚ ਉਥੋਂ ਇਵਨ ਭਾਸ਼ਾਈ ਗਿਆਨ ਹਾਸਲ ਕਰਦੇ ਸਨ ਉਥੋਂ ਦਾ ਸੱਭਿਆਚਾਰ ਗ੍ਰਹਿਣ ਕਰਦੇ ਸਨ ਉਹ ਸਿੱਖ ਸਿਵਲਾਈਜੇਸ਼ਨ ਸੀ ਜਿਹੜੀ ਸਿੱਖ ਸਿਵਲਾਈਜੇਸ਼ਨ ਦੀ ਅਸੀਂ ਗੱਲ ਅੱਜ ਭੁੱਲ ਗਏ ਆ ਮੈਂ ਉਹਨਾਂ ਜਰਨਲਾਂ ਨੂੰ ਜਦੋਂ ਉਹਨਾਂ ਦੇ ਬਾਰੇ ਪੋਸਟਾਂ ਦੇਖ ਰਿਹਾ ਸੀ ਕਿ ਕਿੱਡਾ ਮਹਾਨ ਵਿਰਸਾ ਸੀ ਆਰਥਿਕਤਾ ਵੀ ਸਾਡੀ ਸਿਖਰ ਦੀ ਐਜੂਕੇਸ਼ਨ ਵੀ ਸਿਖਰ ਦਾ ਫੌਜਾਂ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਕਿ ਦੁਨੀਆ ਭਰ ਦੀਆਂ ਟੌਪ ਦੀਆਂ ਤੇ ਕੋਈ ਪਾਸੇ ਕੋ ਕਮੀ ਨਹੀਂ ਸੀ ਤੇ ਡਾਲਰ ਵੀ ਜਿਹੜਾ ਕਹਿੰਦਾ ਕਹਾਉਂਦਾ ਪਾਉਂਡ ਹੈ ਉਹ ਸਾਡੇ ਰੁਪਏ ਦੇ ਨੇੜੇ ਤੇੜੇ ਨਹੀਂ ਸੀ ਜੀ ਔਰ ਇੱਕ ਜਿਹੜੀ ਉਸ ਟਾਈਮ ਦੀ ਖੂਬਸੂਰਤੀ ਇਹ ਸੀ ਜੀ ਔਰ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਕਿਸੇ ਨੂੰ ਵੀ ਅਦਰ ਕਰਕੇ ਨਹੀਂ ਸੀ ਦੇਖਦੇ ਔਰ ਕਿਸੇ ਨੂੰ ਅਦਰ ਲੱਗਦੇ ਨਹੀਂ ਸੀ ਹੁੰਦੇ ਸੀ ਸੋ ਅਸੀਂ ਇਦਾਂ ਤਾਂ ਕਹਿ ਸਕਦੇ ਹਾਂ ਕਿ ਅਸੀਂ ਨਿਆਰੇ ਆ ਪਰ ਜੇ ਅਸੀਂ ਇਹ ਮੰਨਣਾ ਸ਼ੁਰੂ ਕਰ ਦਾਂਗੇ ਅਸੀਂ ਲੋਕਾਂ ਨਾਲੋਂ ਵਧੀਆਂ ਆ ਫਿਰ ਉਹਦੇ 'ਚ ਥੋੜੀ ਜਿਹੀ ਖਰਾਬੀ ਆ ਜਾਂਦੀ ਹੈ ਨਿਆਰੇ ਹੋਣਾ ਕੋਈ ਔਰ ਇਹ ਅੱਛੀ ਗੱਲ ਹੈ ਅਸੀਂ ਨਿਆਰੇ ਆ ਪਰ ਜੇ ਅਸੀਂ ਨਾਲ ਬੈਠੇ ਬੰਦੇ ਨੂੰ ਛੋਟਾ ਮਹਿਸੂਸ ਕਰਾ ਦਿੰਨੇ ਆ ਉਦੇ ਵਿੱਚ ਫਿਰ ਸਾਡੇ ਕੁਛ ਨਾ ਕੁਛ ਸਾਡੇ ਕਰਮ 'ਚ ਕੋਈ ਕਮੀ ਆ ਜੀ ਫਿਰ ਇਹ ਪੁਆਇੰਟ ਜਿਹੜਾ ਨਾ ਇਸ ਪੁਆਇੰਟ ਨੂੰ ਇਸ ਪ੍ਰਦਰਸ਼ਨੀ ਦੇ ਵਿੱਚ ਜਿਸ ਵਿਲੱਖਣਤਾ ਨਾਲ ਪੇਸ਼ ਵੀ ਕੀਤਾ ਗਿਆ ਤੇ ਗੁਰਮਤਿ ਦਾ ਜਿਹੜਾ ਨਿਸ਼ਾਨਾ ਇਹ ਇੱਥੇ ਸਾਨੂੰ ਰੋਕ ਕੇ ਵਿਚਾਰਨ ਦੀ ਲੋੜ ਹੈ ਇਹ ਬਹੁਤ ਵੱਡੀ ਗੱਲ ਹੈ ਕਿ ਵਿਲੱਖਣਤਾ ਸਾਡੀ ਨਿਆਰਾਪਣਾ ਨਵੇਕਲਾ ਨਿਰਮਲ ਪੰਥ ਅਲੱਗਾ ਇਹ ਗੱਲ ਸੱਚ ਹੈ ਪਰ ਗੁਰਬਾਣੀ ਨੇ ਬਾਰ ਬਾਰ ਇਹ ਇਸ ਗੱਲ ਗਿਆ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਇਹ ਕਿਹਾ ਬਾਬਾ ਫਰੀਦ ਜੀ ਦਾ ਜਦੋਂ ਅਸੀਂ ਸ਼ਲੋਕ ਪੜ੍ਹਦੇ ਆ ਕਿ ਜਿਹੜੀ ਜਿਹੜੀ ਸਭ ਤੋਂ ਵੱਡੀ ਗੱਲ ਹੈ ਨਾ ਕਿ ਮੈਂ ਪਤਾ ਨਹੀਂ ਕਿੱਡਾ ਕਾ ਸਿਆਣਾ ਉਹ ਕਹਿੰਦੇ ਆ ਕਿ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ ਗੁਣ ਹੀ ਭਰਿਆ ਮੈਂ ਫਿਰਾਂ ਲੋਕ ਐਂ ਦਰवेश ਜਾਂ ਜਦੋਂ ਇਹ ਆਇਆ ਆਖਦੇ ਨੇ ਕਿ ਜਿਹੜੀ ਇਹ ਮੇਰੀ ਸਮਝ ਸੋਚ ਹੈ ਨਾ ਇਨੂੰ ਮੈਂ ਵੱਡਾ ਕਰਕੇ ਨਹੀਂ ਜਾਣਦਾ ਇਹ ਆਪਣੇ ਆਪ ਦੇ ਵਿੱਚ ਬੜੀ ਸੀਮਤ ਹੈ ਸੋ ਇਹ ਚੀਜ਼ ਨੂੰ ਇੱਕ ਮਹਾਨਤਾ ਦੇ ਤੌਰ ਤੇ ਕੇਵਲ ਤੇ ਕੇਵਲ ਸਿੱਖਾਂ ਤੇ ਗੁਰਬਾਣੀ ਦੇ ਵਿੱਚ ਇਹ ਸੰਕਲਪ ਜਿਹੜਾ ਬਹੁਤ ਵੱਡੇ ਲੈਵਲ ਤੇ ਆਇਆ ਸਾਨੂੰ ਅੱਜ ਜ਼ਰੂਰਤ ਵੀ ਇਸ ਗੱਲ ਨੂੰ ਪ੍ਰਚਾਰਨ ਦੀ ਹੈ ਜਦੋਂ ਅਸੀਂ ਇਸ ਗੱਲ ਨੂੰ ਬਹੁਤ ਜ਼ਿਆਦਾ ਜ਼ੋਰ ਨਾਲ ਪੇਸ਼ ਕਰਦੇ ਹਾਂ ਕਿ ਅਸੀਂ ਹੀ ਸਭ ਤੋਂ ਵਧੀਆ ਹੈਗੇ ਆ ਇਹ ਚੀਜ਼ ਵੀ ਮਾੜੀ ਹੈ ਸੋ ਇਹ ਪ੍ਰਦਰਸ਼ਨੀਆਂ 'ਚ ਜਾ ਕੇ ਸਾਨੂੰ ਪਤਾ ਲੱਗਦਾ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਨੂ ਸੀ ਕਿਸ ਤਰੀਕੇ ਨਾਲ ਇੱਕ ਵਿਲੱਖਣ ਕਿਸਮ ਦਾ ਨਿਆਰਾ ਜਿਹੜਾ ਰਾਜ ਸੀ ਇਹੋ ਜਿਹਾ ਰਾਜ ਜਿਹੜਾ ਦੁਨੀਆ ਨੂੰ ਚਾਹੀਦਾ ਉਹ ਹੋਣ ਦੇ ਬਾਵਜੂਦ ਰਾਜਾ ਕਿੰਨਾ ਦਰਬੇਸ਼ ਹੈ ਉਹੀ ਰਾਜਾ ਆਪਣੇ ਪਿੱਠ ਤੇ ਕਣਕ ਦੀ ਬੋਰੀ ਧਰ ਕੇ ਅਨਾਜ ਦੀ ਇੱਕ ਬਜ਼ੁਰਗ ਔਰਤ ਨੂੰ ਕਿਵੇਂ ਪਹੁੰਚਦੀ ਕਰਦਾ ਜੇ ਕੋਈ ਵੱਟਾ ਮਾਰਦਾ ਬੇਰੀ ਸਮਝ ਕੇ ਬੇਰ ਮਿਲਣਗੇ ਤਾਂ ਉਸ ਨੂੰ ਕਿਸ ਤਰੀਕੇ ਨਾਲ ਜਵਾਬ ਦੇ ਵਿੱਚ ਫਲ ਦਿੰਦਾ ਹੈ ਕੁਤਵਾ ਨਾਲ ਲਾਉਂਦਾ ਕਿ ਮੇਰਾ ਜਿਹੜਾ ਇਹ ਹੈ ਲੋਹਾ ਇਹ ਕੰਚਨ ਬਣ ਜੇ ਇਹ ਪਾਰਸ ਹੈ ਮਹਾਰਾਜਾ ਤੇ ਉਸ ਨੂੰ ਕਿਸ ਤਰ੍ਹਾਂ ਕਰਦਾ ਕਿਤੇ ਪਾਂਡੀ ਪਾਸ਼ਾ ਕਬਤਾ ਪੜੋ ਵਿਧਾਤਾ ਸਿੰਘ ਤੀਰ ਦੀ ਉਹ ਦ੍ਰਿਸ਼ ਜਿਵੇਂ ਉਹਨਾਂ ਨੇ ਚਿਤਰੇ ਆ ਇਹ ਅੱਜ ਲੋੜ ਹੈ ਸਾਡੀ ਵਿਰਾਸਤ ਨੂੰ ਸਾਹਮਣ ਦੀ ਪਰ ਉਸ ਦੇ ਨਾਲ ਨਾਲ ਇੱਕ ਗੱਲ ਹੋਰ ਵੀ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਜਿਸ ਤਰੀਕੇ ਨਾਲ ਬ੍ਰਿਟਿਸ਼ Empire ਨੇ ਜਿਵੇਂ ਉਹਨਾਂ ਦਾ ਜੋ ਉਸ ਦੇ ਵਿੱਚ ਧੋਖਾ ਜਦ ਤੱਕਾਂ ਜਾਂ ਜਿਸ ਤਰ੍ਹਾਂ ਦੀ ਕਾਰਵਾਈ ਚੱਲੀ ਐ ਤੇ ਇੱਥੇ ਹੀ ਬਸ ਨਹੀਂ ਕਿ ਦੁਨੀਆ ਦੀ ਕਹਿੰਦੀ ਕਹਾਉਂਦੀ ਜਿਹੜੀ ਇਹ ਸਿਵਲਾਈਜੇਸ਼ਨ ਸੀ ਕਿਸ ਤਰੀਕੇ ਨਾਲ ਸ਼ੇਰੇ ਪੰਜਾਬ ਦੇ ਫਰਜ਼ੰਦ ਨੂੰ ਸਿੱਖੀ ਤੋਂ ਤੋੜਿਆ ਉਸ ਦੇ ਕੇਸ ਕਤਲ ਕੀਤੇ ਜਿਵੇਂ ਕੈਨੇਡਾ 'ਚ ਅਸੀਂ ਇੰਡੀਜਨਸ ਦੀ ਗੱਲ ਕਰਦੇ ਆ ਇਹਨਾਂ ਦੇ ਲੰਮੇ-ਲੰਮੇ ਵਾਲ ਹੁੰਦੇ ਸਨ ਪਰ ਇੱਥੇ ਆ ਕੇ ਚਰਚਾ ਬਣਾ ਕੇ ਜਿਸ ਤਰੀਕੇ ਨਾਲ ਉਹਨਾਂ ਨੂੰ ਕਤਲ ਕੀਤਾ ਗਿਆ ਉਹੀ ਪੈਟਰਨ ਸ਼ੇਰੇ ਪੰਜਾਬ ਦੇ ਫਰਜ਼ੰਦ ਕਮਰਦ ਲੀਪ ਸਿੰਘ ਨਾਲ ਹੁੰਦਾ ਉਸ ਨੂੰ ਅੰਗਰੇਜ਼ ਹੀ ਬਣਾ ਦਿੱਤਾ ਗਿਆ ਉਹਦਾ ਧਰਮ ਹੀ ਬਦਲ ਦਿੱਤਾ ਗਿਆ ਈਸਾਈ ਬਣਾ ਦਿੱਤਾ ਗਿਆ ਇਹ ਧੱਕਾ ਜਿਹੜਾ ਹੈ ਇਹ ਜਦੋਂ ਇਸ ਪ੍ਰਦਰਸ਼ਨੀ 'ਚ ਮੈਂ ਉਹ ਸਾਰਾ ਦੇਖ ਰਿਹਾ ਸੀ ਬਿਵਰਨ ਪੜ੍ਹ ਰਿਹਾ ਸੀ ਜਾਂ ਤਸਵੀਰਾਂ ਦੇਖ ਰਿਹਾ ਸੀ ਲੱਗਦਾ ਸੀ ਕਿ ਕਿੱਡਾ ਵੱਡਾ ਧੱਕਾ ਇਹ ਦੁਨੀਆ ਦਾ ਜਿਹੜਾ ਆਪਣੇ ਆਪ ਨੂੰ ਸਭ ਤੋਂ ਵੱਡੀ ਤਾਕਤ ਖਪਾਉਂਦੀ ਹੈ ਕਿਸ ਤਰ੍ਹਾਂ ਇਹਨੇ ਆਪਣੀ ਕ੍ਰਿਸਚੀਅਨਿਟੀ ਤੇ ਚਰਚ ਦੇ ਉਸ ਪ੍ਰਸੰਗ ਨੂੰ ਬਿਆਨ ਕਰਨ ਲਈ ਕੀਤਾ ਜੀ ਜੀ ਇਸੇ ਕਰਕੇ ਜਿਹੜਾ ਆਪਣਾ ਜੀ ਮੀਰੀ ਪੀਰੀ ਦਾ ਕਨਸੈਪਟ ਹੈ ਨਾ ਜੀ ਕਿ ਐਸੀ ਸੇਟ ਵੀ ਆ ਤੇ ਸੋਲਜਰ ਵੀ ਆ ਦਾ ਸਾਈਮਲਟੇਨਸਲੀ ਸੇਮ ਟਾਈਮ ਸੋ ਉਹ ਉਹਨੂੰ ਜਿਹੜਾ ਆਪਣਾ ਪੈਂਡੂਲਮ ਹੈ ਇੱਕਦਮ ਗੱਬੇ ਰੱਖਦੀ ਆ ਨਾ ਆਪਾਂ ਨੂੰ ਜ਼ਾਲਮ ਹੋਣ ਦਿੰਦੀ ਆ ਨਾ ਕਮਜ਼ੋਰ ਹੋਣ ਦਿੰਦੀ ਆ ਔਰ ਜਿਹੜੇ ਆਪਣੇ ਨਾਲ ਇਤਿਹਾਸ ਵਿੱਚ ਤੱਕੇ ਕਹਿ ਸਕਦੇ ਹੋਏ ਆ ਆਪਾਂ ਨੂੰ ਉਹਨਾਂ ਤੋਂ ਸਿੱਖਣ ਦੀ ਲੋੜ ਆ ਔਰ ਉਹਨਾਂ ਨੂੰ ਚੇਤੇ ਕਰਨ ਦੀ ਵੀ ਲੋੜ ਆ ਕਿ ਕਿਸ ਤਰ੍ਹਾਂ ਰਾਜ ਖੁੱਸਿਆ ਕੀ ਵਜ੍ਹਾ ਹੋਈਆਂ ਔਰ ਕਈ ਵਾਰੀ ਮੈਂ ਇਹ ਵੀ ਸੋਚਦਾ ਹੁੰਦਾ ਕਿ ਜ਼ਰੂਰ ਸਾਡਾ ਅ ਗੁਰੂ ਸਾਡੇ ਨਾਲ ਨਾਰਾਜ਼ ਹੈ ਕਿਸੇ ਗੱਲੋਂ ਅ ਔਰ ਹਿਸਟਰੀ ਰਿਪੀਟ ਕਰਦੀ ਹੈ ਜੀ ਕਈ ਕਹਿੰਦੇ ਰਾਈਮ ਕਰਦੀ ਹੈ ਸੋ ਜੇ ਸਾਰਾ ਇਤਿਹਾਸ ਦੁਹਰਾ ਹੁੰਦਾ ਤੇ ਆਪਣਾ ਇਤਿਹਾਸ ਵੀ ਦੁਹਰਾ ਹੋਏਗਾ ਅ ਔਰ ਜਿਹੜੀ ਉਸ ਐਗਜ਼ੀਬਿਸ਼ਨ ਚ ਆਪਾਂ ਗੱਲ ਕਰ ਰਹੇ ਆ ਕਿ ਮੇਰੇ ਖਿਆਲ ਜਿੱਦਾਂ ਆਪਾਂ ਤੱਕ ਬੋਲਦੇ ਆ ਕਿ ਬਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ ਸੋ ਐਸੀ ਆਪਣੀ ਕਹਾਣੀ ਸੁਣਾ ਰਹੇ ਆ ਐਜ਼ ਅ ਪ੍ਰਾਊਡ ਸਿੱਖ ਕੈਨੇਡੀਅਨ ਔਰ ਅਸੀਂ ਹਰ ਨੌਨ ਸਿੱਖ ਨੂੰ ਸੁਣਾ ਰਹੇ ਹਾਂ ਕਿਉਂਕਿ ਉਹਨਾਂ ਨੂੰ ਪਤਾ ਲੱਗੇ ਕਿ ਸਾਡਾ ਮਾਣ ਮਤਾ ਇਤਿਹਾਸ ਕੀ ਆ ਔਰ ਅਸੀਂ ਆਪਣੇ ਜਿਹੜੇ ਵਿਰਾਸਤ ਦੇ ਫਖਰ ਨੂੰ ਯਾਦ ਕਰ ਰਹੇ ਹਾਂ ਔਰ ਇੱਕ ਗੱਲ ਦਾ ਸਾਨੂੰ ਬਿਲਕੁਲ ਯਕੀਨ ਹੈ ਔਰ ਅਸੀਂ ਉੱਤੇ ਪਹਿਰਾ ਦਿੰਨੇ ਆ ਕਿ ਸਾਡੇ ਲਈ ਕੋਈ ਉਪਰਾ ਨਹੀਂ ਅਦਰ ਨਹੀਂ ਹੈਗਾ ਇਹ ਉਹ ਔਰ ਰੇਸਿਜ਼ਮ ਦੇ ਖਿਲਾਫ ਹੈ ਜੀ ਇਦਾਂ ਹੀ ਕੈਸਟਿਜ਼ਮ ਦੇ ਖਿਲਾਫ ਹੈ ਸਾਰਿਆਂ ਨੂੰ ਇਕੁਅਲ ਆਪੋਰਚ्युनिटी ਮਿਲਣੀ ਚਾਹੀਦੀ ਆ ਜਿੱਦਾਂ ਅਸੀਂ ਆਪਣੇ ਲਈ ਸੋਚਦੇ ਆ ਇਦਾਂ ਸਾਰਿਆਂ ਨੂੰ ਮਿਲੇ ਔਰ ਉਹਦੇ ਵਿੱਚ ਕੁਝ ਕਿਤਾਬਾਂ ਭਪਿੰਦਰ ਸਿੰਘ ਹੌਲੰਡ ਦੀਆਂ ਨੇ ਹਾਊ ਯੂਰਪ ਇਜ਼ ਇਨਡੇਟਡ ਟੂ ਸੈਕਸ ਕਿ ਸਾਡਾ ਸਿੱਖਾਂ ਦਾ ਯੂਰਪ ਤੇ ਕੀ ਕਰਜ਼ ਆ ਸੋ ਜਦੋਂ ਫਰਸਟ ਵਰਲਡ ਵਾਰ ਤੇ ਸੈਕੰਡ ਵਰਲਡ ਵਾਰ ਹੋਈ ਉੱਥੇ ਸਾਡੇ ਬਜ਼ੁਰਗਾਂ ਨੇ ਕਿਦਾਂ ਸ਼ਹਾਦਤਾਂ ਦਿੱਤੀਆਂ ਨੇ ਬੇਸ਼ੱਕ ਉਸ ਸਮੇਂ ਉਹ ਗੁਲਾਮ ਸਿਗੇ ਬੇਸ਼ੱਕ ਪਰ ਫੇਰ ਵੀ ਉਹ ਜਿਸ ਤਰ੍ਹਾਂ ਲੜੇ ਨੇ ਉਹ ਗੁਰੂ ਦੇ ਉਸ ਆਰਟ ਆਸਰੇ ਨਾਲ ਲੜੇ ਨੇ ਉਹ ਬੜੀ ਕਮਾਲ ਦੀ ਚੀਜ਼ ਆ ਅਸੀਂ ਉਹਨਾਂ ਬਜ਼ੁਰਗਾਂ ਦਾ ਜੋ ਉਹਨਾਂ ਨੇ ਆਪਣੀ ਸ਼ਹਾਦਤਾਂ ਦਿੱਤੀਆਂ ਉਹਦਾ ਮੁੱਲ ਨਹੀਂ ਮੰਗ ਰਹੇ ਅਕਨੋਲਜਮੈਂਟ ਮੰਗ ਰਹੇ ਆ ਕਿ ਕੈਨੇਡਾ ਵੀ ਯਾਦ ਕਰੇ ਔਰ ਇੰਗਲੈਂਡ ਵੀ ਯਾਦ ਕਰੇ ਕਿ ਉਹਨਾਂ ਨੇ ਉਸ ਖਿੱਤੇਲੀ ਕੀ ਕੀਤਾ ਕਿਉਂਕਿ ਪਹਿਲਾਂ ਜਿਹੜੇ ਆਪਣੇ ਰੰਗ ਦੇ ਲੋਕ ਸੀਗੇ ਉਹ ਜਿਹੜੀ ਯੂਰੋਪੀਅਨ ਕੰਟਰੀ ਸੀਗੇ ਉੱਥੇ ਜਾ ਕੇ ਲੜ ਨਹੀਂ ਸੀ ਸਕਦੇ ਪਰ ਜਦੋਂ ਜਰਮਨ ਦੀਆਂ ਫੌਜਾਂ ਬਹੁਤ ਨੰਬਰ ਚ ਵੱਧ ਗਈਆਂ ਉਹਨਾਂ ਨੂੰ ਨਾ ਛਾਰ ਦੇ ਨੂੰ ਫਿਰ ਜਿਹੜੇ ਆਪਣੇ ਭੂਰੇ ਰੰਗ ਦੇ ਲੋਕ ਸੀਗੇ ਉਹਦੇ ਵਿੱਚ ਸ਼ਾਮਲ ਕਰਨੇ ਪਏ ਪਰ ਜਦੋਂ ਅਸੀਂ ਉੱਥੇ ਗਏ ਆ ਤੁਸੀਂ ਇਹ ਦੇਖੋ ਜੀ ਵੀ ਕੋਈ ਪਤਾ ਨਹੀਂ ਮੌਸਮ ਕਿਦਾਂ ਦਾ ਹੈ ਬੋਲੀ ਕਿਦਾਂ ਦੀ ਅੱਗੇ ਦੁਸ਼ਮਣ ਕੀ ਹੈ ਪਰ ਬਹੁ ਬਾ ਕੁਮਾਲ ਲੜੇ ਨੇ ਜੀ ਉੱਥੇ ਉਹ ਆਪਣੇ ਆਪ ਚ ਇੱਕ ਇਤਿਹਾਸ ਬਣ ਗਿਆ ਉਹ ਸੋ ਇਹ ਗੱਲ ਬਹੁਤ ਵੀਰੀ ਇਹ ਵਿਚਾਰਨ ਨੂੰ ਕਈ ਤਰ੍ਹਾਂ ਦੇ ਸਵਾਲ ਖੜੇ ਕਰਦੀ ਹੈ ਇਹ ਅੱਜ ਦਰਸ਼ਕਾਂ ਦੇ ਨਾਲ ਖਾਸ ਨੁਕਤੇ ਤੇ ਗੱਲ ਹੈ ਕਿ ਕਿਸ ਤਰ੍ਹਾਂ ਯੂਰਪ ਤੇ ਸਿੱਖਾਂ ਦਾ ਜਿਹੜਾ ਆਪਣਾ ਕਰਜ਼ਾ ਹੈ ਕਿਸ ਤਰ੍ਹਾਂ ਦਾ ਇਹ ਗੱਲ ਸੱਚ ਹੈ ਕਿ ਜਦੋਂ ਖਾਲਸਾ ਰਾਜ ਖੁੱਸਿਆ ਉਸ ਨੂੰ ਉਸ ਨੂੰ ਖੋਣ ਦੇ ਵਿੱਚ ਇਕੱਲੇ ਅੰਗਰੇਜ਼ ਨਹੀਂ ਉਹਨਾਂ ਦੇ ਨਾਲ ਪਹਾੜੀ ਹਿੰਦੂ ਵੀ ਸਟੇਟਾਂ ਸ਼ਾਮਿਲ ਸਨ ਉਹਨਾਂ ਦੇ ਵਿੱਚ ਵੀ ਜਿਹੜੇ ਲੋਕ ਸਨ ਜਾਂ ਉਹਨਾਂ ਦੇ ਸਾਥੀ ਸਨ ਉਹਨਾਂ ਨੇ ਹਮਲਾ ਕੀਤਾ ਇਸੇ ਕਾਰਨ 1857 ਦੇ ਵਿੱਚ ਸਿੱਖਾਂ ਦਾ ਜਿਹੜਾ ਉਹ ਆਪਣਾ ਨਰਾਜ਼ਗੀ ਤੇ ਉਸ ਦਾ ਗੁੱਸਾ ਸੀ ਕਾਇਮ ਸੀ ਉਸ ਵੇਲੇ ਕਿ ਸਾਡਾ ਜਿਹੜਾ ਇੱਕ ਦੇਸ਼ ਪੰਜਾਬ ਸੀ ਖਾਲਸਾ ਰਾਜ ਸੀ ਕਿਸ ਤਰੀਕੇ ਨਾਲ ਕੀਤਾ ਗਿਆ ਖੈਰ ਉਸ ਤੋਂ ਬਾਅਦ ਕਿਉਂਕਿ ਮਾਰਸ਼ਲ ਕੌਮ ਵੀ ਕਹਿ ਦਿੰਦੇ ਆ ਸੀ ਪਰ ਇਹਨਾਂ ਸੀ ਕਿ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਪੂਰੀ ਤਰ੍ਹਾਂ ਇੱਕ ਤਰ੍ਹਾਂ ਰਾਜ ਖੁੱਸ ਜਾਣਾ ਫੌਜਾਂ ਦਾ ਜਿਹੜਾ ਹੈ ਖਿੱਲਰ ਪੁੱਲਰ ਜਾਣਾ ਲੋਕਾਂ ਦਾ ਆਰਥਿਕ ਤੌਰ ਤੇ ਗੰਗਾਲ ਹੋ ਜਾਣਾ ਅੰਨ ਦੇ ਪੱਖੋਂ ਵੀ ਅਕਾਲ ਪੈ ਜਾਣਾ ਹਾਲਾਤ ਬਹੁਤ ਜ਼ਿਆਦਾ ਖਤਰਨਾਕ ਸਨ ਤੇ ਫਿਰ ਜਿਹੜੇ ਉਸ ਵੇਲੇ ਫੌਜ ਦੇ ਵਿੱਚ ਗਏ ਜਿਹੜੇ ਸਿੱਖ ਸਨ ਉਹਨਾਂ ਦੇ ਲਈ ਇੱਕ ਨਵਾਂ ਤਜਰਬਾ ਵੀ ਸੀ ਕਿ ਇਸ ਤਰ੍ਹਾਂ ਉਹਨਾਂ ਨੇ ਲੜਨਾ ਜਿਵੇਂ ਅੱਗੇ ਜਾ ਕੇ ਉਹਨਾਂ ਨੇ ਜਿਵੇਂ ਸਾਰਾ ਗੜੀ ਤੇ ਯੁੱਧ ਸਾਰਾ ਗੜੀ ਦੀ ਪੋਸਟ ਤੇ 21 ਸਿੰਘਾਂ ਨੇ ਜਿਹੜਾ ਹੈ 10000 ਦਾ ਮੁਕਾਬਲਾ ਕੀਤਾ ਕਈਆਂ ਨੂੰ ਲੌਜਿਕ ਇਹ ਲੱਗਦਾ ਕਿ ਜੀ ਉਹ ਜਿਹੜਾ ਥਾਂ ਸੀ ਉਹ ਪਠਾਣਾ ਨਾਲ ਸਿੰਘਾਂ ਦਾ ਯੁੱਧ ਕਰਨਾ ਸਹੀ ਸੀ ਜਾਂ ਗਲਤ ਸੀ ਮੁਲਾਂਕਣ ਦਾ ਇਹ ਮਤਲਬ ਨਹੀਂ ਹੈ ਕਿ ਉਹ ਸਹੀ ਸੀ ਜਾਂ ਗਲਤ ਸੀ ਗੱਲ ਇਹ ਸੀ ਕਿ ਉਸ ਵੇਲੇ ਜੋ ਉਹਨਾਂ ਨੇ ਇੱਕ ਆਪਣਾ ਫਰਜ਼ ਲਿਆ ਤੇ ਉਸ ਨੂੰ ਨਿਭਾਇਆ ਆਖਰੀ ਦਮ ਤੱਕ ਇਹ ਵੱਖਰੀ ਗੱਲ ਹੈ ਕਿ ਅੰਗਰੇਜ਼ ਨੇ ਉਸ ਨੂੰ ਕਿਵੇਂ ਵਰਤਿਆ ਹਥਿਆਰ ਨਹੀਂ ਪਹੁੰਚਾਏ ਅਸਲਾ ਨਹੀਂ ਪਹੁੰਚਾਇਆ ਉਹਨਾਂ ਨੂੰ ਜਿਸ ਤਰੀਕੇ ਨਾਲ ਇਸਤੇਮਾਲ ਕੀਤਾ ਪਰ ਇਸ ਦੇ ਵਿੱਚ ਸਾਡੀ ਖੁਨਾਮੀ ਨਹੀਂ ਹੈ ਸਾਡਾ ਕਰਜ਼ ਹੈ ਇਤਿਹਾਸ ਜੇ ਫਰਾਂਸ 'ਚ ਪੜਾਇਆ ਜਾਂਦਾ ਉਹਦਾ ਕਾਰਨ ਹੈ ਪਹਿਲੇ ਵਿਸ਼ਵ ਜੁੱਧ ਦੇ ਵਿੱਚ ਲੱਖਾਂ ਦੀ ਤਦਾਦ ਦੇ ਵਿੱਚ ਸਿੱਖਾਂ ਦਾ ਲੜਨਾ ਜਾਂ ਦੂਜੇ ਵਿਸ਼ਵ ਜੁੱਧ ਦੇ ਵਿੱਚ ਉਹਦਾ ਮਤਲਬ ਇਹ ਨਹੀਂ ਕਿ ਦੂਜੇ ਪਾਸੇ ਜਿਹੜੀ ਫੌਜ ਸੀ ਉਹਦੇ ਨਾਲ ਲੜਨਾ ਇਹਨਾਂ ਦਾ ਜਾਇਜ਼ ਨਹੀਂ ਸੀ ਗੱਲ ਇਹ ਸੀ ਕਿ ਜਿੱਥੋਂ ਲੜ ਰਹੇ ਸੀ ਜਿਹੜੇ ਮੰਚ ਤੋਂ ਉਸ ਦੇ ਪ੍ਰਤੀ ਇਹਨਾਂ ਦੀ ਪਹੁੰਚ ਕੀ ਸੀ ਇਹ ਕਦੇ ਕੋਈ ਦੇਣਾ ਦੇ ਸਕਦਾ ਉਹ ਲੋਕ ਅੱਜ ਜਿਹੜੇ ਕਹਿੰਦੇ ਇਹਦਾ 670 ਦੀ ਗੱਲ ਤੇ ਬੜੇ ਤਕਲੀਮ ਮੰਦੇ ਨੇ ਜਾਂ ਆਪਣੀ ਰਾਜਨੀਤਿਕ ਮਫਾਦ ਤੇ ਆਪਣੀਆਂ ਜੁਗਲਬੰਦੀਆਂ ਚ ਚੱਲਦੇ ਨੇ ਉਹਨਾਂ ਨੂੰ ਮੰਨਣਾ ਪੈਣਾ ਕਿ ਅੱਜ ਯੂਰਪ ਦੇ ਵਿੱਚ ਇਹਨਾਂ ਦੀ ਹੋਂਦ ਕਾਇਮ ਹੈ ਤਾਂ ਉਸ ਦੇ ਵਿੱਚ ਵੱਡੀ ਭੂਮਿਕਾ ਸਿੱਖਾਂ ਦੀ ਹੈ ਇਹ ਗੱਲ ਨੂੰ ਅੱਖੋਂ ਪਰੋਖੇ ਨਹੀਂ ਕਰ ਸਕਦੇ ਹਾਂ ਇਹ ਗੱਲ ਬਿਲਕੁਲ ਸਹੀ ਹੈ ਕਿ ਜਿਹੜੇ ਉਹਨਾਂ ਸਾਬਕਾ ਫੌਜੀਆਂ ਨੇ ਕੈਨੇਡਾ ਵਰਗੀ ਧਰਤੀ ਤੇ ਆ ਕੇ ਗਦਰ ਮਚਾਇਆ ਆਪਣੀ ਇਨਸਿਗਨੀਏ ਸਾੜੇ ਮੈਡਲ ਸਾੜੇ ਉਹਨਾਂ ਨੂੰ ਸਲੂਟ ਹੈ ਉਹਨਾਂ ਨੇ ਸਹੀ ਕੀਤਾ ਤੇ ਇਹ ਕਰਨਾ ਬਣਦਾ ਵੀ ਸੀ ਜਾਂ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਜਾ ਕੇ ਸ਼ੌਣੀਆਂ ਦੇ ਵਿੱਚ ਗਦਰ ਮਚਾਇਆ ਤੇ ਆਪਣੀਆਂ ਪੋਸਟਰ ਛੱਡੀਆਂ ਉਹਨਾਂ ਵਰਗੇ ਕੋਈ ਨਹੀਂ ਉਹ ਬਿਲਕੁਲ ਉਸੇ ਤਰ੍ਹਾਂ ਸੁਭੇਗ ਸਿੰਘ ਵਰਗੇ ਜੋਧੇ ਨੇ ਜਿਨ੍ਹਾਂ ਨੇ ਅੱਜ ਦੇ ਇੰਡੀਅਨ ਸਟੇਟ ਦੇ ਧੱਕੇਸ਼ਾਹੀ ਦੇ ਖਿਲਾਫ ਬੈਰਕਾ ਛੱਡੀਆਂ ਤੇ ਸ਼ਹਾਦਤਾਂ ਪਾਈਆਂ ਦਰਬਾਰ ਸਾਹਿਬ ਤੇ ਹਮਲੇ ਦੇ ਵੇਲੇ ਆਪਣੀ ਸ਼ਹੀਦੀ ਪਾਈ ਜਾਂ ਉਹ ਜਿਹੜੇ ਧਰਮੀ ਫੌਜੀ ਨੇ ਉਹ ਬਿਲਕੁਲ ਉਸੇ ਤਰ੍ਹਾਂ ਹੀ ਨੇ ਪਰ ਇਹਨਾਂ ਦਾ ਇਤਿਹਾਸ ਸਾਹਮਣਾ ਕਿ ਨਹੀਂ ਹੈ ਮੈਨੂੰ ਇੱਕ ਗੱਲ ਬਹੁਤ ਚੰਗੀ ਲੱਗੀ ਕਿ ਜਨਰਲ ਸ਼ਵੇਕ ਸਿੰਘ ਵਰਗਿਆਂ ਦੇ ਨਾਂ ਤੇ ਇਹਨਾਂ ਹੋਰ ਨਾ ਸ਼ਖਸੀਤਾਂ ਦੇ ਨਾਂ ਤੇ ਤੁਸੀਂ ਨਾਲੋਂ ਨਾਲ ਜਿਹੜੇ ਸਕਾਲਰਸ਼ਿਪ ਸ਼ੁਰੂ ਕੀਤੇ ਹੋਏ ਨੇ ਤੇ ਉਹ ਇੱਕ ਐਸਾ ਪੰਨਾ ਹੈ ਜਿਹੜਾ ਸਾਡੇ ਦਰਸ਼ਕਾਂ ਨੂੰ ਉਹਦੀ ਜਾਣਕਾਰੀ ਤੇ ਉਹਦੀ ਸਮਾ ਸੀਮਾ ਜ਼ਰੂਰ ਦੱਸੋ ਜੀ 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 ਮੇਰਾ ਖਿਆਲ ਜੀ ਵਾਇਗਰੂ ਦੀ ਮੇਰੇ ਨਾਲ ਇੱਕੋ ਇੱਕ ਸਕਾਲਰਸ਼ਿਪ ਹੈ ਜਿਹੜੀ ਜਨਰਲ ਸੁਪੇਗ ਸਿੰਘ ਹੁਣਾ ਦੇ ਨਾਮ ਤੇ ਹੈ ਕੈਨੇਡਾ ਦੇ ਵਿੱਚ ਉਹ اوਐਸੀ ਹਾਈ ਸਕੂਲ ਦੇ ਸਟੂਡੈਂਟਸ ਨੂੰ ਦਿੰਦੇ ਆ ਔਰ 13 13 ਕਰਕੇ ਉਸੇ 1300 ਰੱਖਿਆ ਹੋਇਆ ਉਹਦਾ ਇਨਾਮ ਜੀ ਜੀ ਔਰ ਇਹਦੇ ਵਿੱਚ ਇਹ ਹੈ ਵੀ ਕੋਈ ਵੀ ਉਹਦੇ ਵਿੱਚ ਹਿੱਸਾ ਲੈ ਸਕਦਾ ਜੀ ਬਸ ਉਹਨੂੰ ਇਹ ਦੱਸਣਾ ਪਊਗਾ ਕਿ ਉਹਦੇ ਗੁਣ ਜਨਰਲ ਸੁਪੇਗ ਸਿੰਘ ਨਾਲ ਕਿੱਦਾਂ ਮਿਲਦੇ ਨੇ ਜਨਰਲ ਸੁਪੇਗ ਸਿੰਘ ਹੁਣਾ ਦੀ ਕਹਾਣੀ ਪੜੇ ਫੇਰ ਉਹ ਦਫੇ ਵੀ ਉਹ ਉਸ ਤਰ੍ਹਾਂ ਦੀਆਂ ਕਿੱਦਾਂ ਦੀਆਂ ਕਹਾੜਣਾ ਉਹਨੇ ਚਾਹੇ ਉਹ ਛੋਟੀਆਂ ਹੀ ਹੋਣ ਉਹਦੇ ਜੀਵਨ ਦਾ ਕਿੱਦਾਂ ਹੋ ਮਿਰਰ ਕਿੱਦਾਂ ਹੁੰਦਾ ਹੈ ਔਰ ਜਨਰਲ ਸਪੀ ਸਿੰਘ ਬਾਰੇ ਜੇ ਮੈਂ ਕਹਾ ਕਿ ਤੁਸੀਂ ਦੇਖੋ ਚਾਹੇ ਉਹ ਮੁਕਤੀ ਵਾਰਣੇ ਚ ਸੀਗੇ ਚਾਹੇ ਉਹ ਦੂਜੀ ਵਿਸ਼ਵ ਜੰਗ ਚ ਸੀਗੇ ਚਾਹੇ ਉਹ ਜਿਹਨੂੰ ਮੈਂ ਬੈਟਲ ਆਫ ਹਮ ਰਿਸਰ ਕਹਿੰਨਾ ਜੀ ਚਾਹੇ ਉੱਥੇ ਸੀਗੇ 84 ਦੇ ਵਿੱਚ ਦਰਬਾਰ ਸਾਹਿਬ ਉਹ ਜਿੱਥੇ ਵੀ ਲੜੇ ਉਹ ਬੜੀ ਸਿਦਕ ਨਾਲ ਲੜੇ ਔਰ 에ਸੀ ਪੜਤਾਏ ਆਪਾਂ ਜਦੋਂ ਕਹਿੰਨੇ ਆ ਵੀ ਸਿੱਖ ਜਦੋਂ ਫਰਸਟ ਵਰਲਡ ਸੈਕੰਡ ਵਰਲਡ ਵਾਰ ਚ ਲੜੇ ਚਾਹੇ ਉਹ ਗੁਲਾਮ ਸੀਗੇ ਪਰ ਜਿਨ੍ਹਾਂ ਦਾ ਸੀ ਇੱਕ ਵਾਰੀ ਨੂਨ ਖਾ ਲੈਨੇ ਆ ਸੀ ਵਫਾਦਾਰੀ ਕਰਦੇ ਆ ਜੀ ਬਹੁਤ ਖੂਬ ਏਦਾਂ ਹੀ ਹੋਣੇ ਸੀ ਕੈਨੇਡਾ ਚ ਕੈਨੇਡਾ ਦਾ ਨੂਨ ਖਾਂਦੇ ਪਏ ਆ ਸੋ ਇਸੇ ਇਸ ਮੁਲਕ ਦੇ ਵਫਾਦਾਰ ਆ ਰਿਆਂ ਇਸੇ ਕਰਕੇ ਅਸੀਂ ਕਹਿੰਨੇ ਆ ਵੀ ਵੀ ਆਰ ਪ੍ਰਾਊਡ ਸਿੱਖ ਕੈਨੇਡੀਅਨਸ ਤੇ ਇਸੇ ਕਰਕੇ ਇੱਕ ਅਸੀਂ ਹੋਰ ਜਿਹੜੀ ਮੂਵਮੈਂਟ ਚਲਾਈ ਹੋਈ ਹੈ ਛੋਟੀ ਜਿਹੀ ਆਪਣੇ ਵੱਲੋਂ ਉਹ ਹੈ ਕਿ ਵੀ ਆਰ ਨਾਟ ਸਾਊਥ ਏਸ਼ੀਅਨਸ ਆਮ ਨਾਟ ਸਾਊਥ ਏਸ਼ੀਅਨਸ ਉਹਦੇ ਨਾਲ ਤਕਰੀਬਨ ਸਾਡੇ ਕੋਲ 300 ਵੀਡੀਓ ਆਈਆਂ ਤੁਸੀਂ ਵੀ ਭੇਜੀ ਜੀ ਉਹ ਤੇ ਉਹਦੇ ਵਿੱਚ ਅਸੀਂ ਕਲੀਅਰ ਕਰਦੇ ਆ ਕਿ ਆਮ ਨਾਟ ਸਾਊਥ ਏਸ਼ੀਅਨ ਅਸੀਂ ਸਿੱਖ ਪੰਜਾਬੀ ਹੋ ਸਕਦੇ ਆ ਪੰਜਾਬੀ ਕੈਨੇਡੀਅਨ ਹੋ ਸਕਦੇ ਆ ਸਿੱਖ ਪੰਜਾਬੀ ਕੈਨੇਡੀਅਨ ਹੋ ਸਕਦੇ ਆ ਜਾਂ ਸਿੱਖ ਕੈਨੇਡੀਅਨ ਹੋ ਸਕਦੇ ਆ ਪਰ ਅਸੀਂ ਸਾਊਥ ਏਸ਼ੀਅਨ ਨਹੀਂ ਹੈਗੇ ਕਿਉਂਕਿ ਸਾਡਾ ਮੰਨਣਾ ਹੈ ਕਿ ਇਸ ਰਿਸਿਸਟਮ ਸੋ ਇਸ ਤਰ੍ਹਾਂ ਕਰਕੇ ਆ ਔਰ ਟੋਟਲ ਉਹ ਗoing back on ਸਕਾਲਰਸ਼ਿਪ ਉਹ ਪੰਜ ਸਕਾਲਰਸ਼ਿਪ ਨੇ ਜੀ ਟੋਟਲ ਤੇ ਇਹ ਸਾਲ ਵੀ ਅਸੀਂ April ਦੇ end ਚ ਕਰਾਂਗੇ ਭਾਈ ਮੀਵਰ ਸਿੰਘ ਹੋਣਾ ਦੇ ਨਾਮ ਤੇ ਆ ਜੀ ਅੱਛਾ ਲక్ష్మణ ਸਿੰਘ ਹੋਣਾ ਬੀਬੀ ਸ਼ਰਨਕੌਰ ਹੈ ਹਰਿੰਦਰ ਸਿੰਘ ਮਹਿਬੂਬ ਨੇ ਤੇ ਸੁਭੇਗ ਸਿੰਘ ਹੁਣੀ ਨੇ ਬਹੁਤ ਘੋ ਜੀ ਜੀ ਬਹੁਤ ਖੂਬ ਇਹ ਇੱਕ ਐਸਾ ਉਪਰਾਲਾ ਤੁਸੀਂ ਦੇਖੋ ਕਿ ਜਿਹਦੀ ਗੱਲ ਜਿਹੜੀ ਹੈ ਜਿਸ ਪੱਧਰ ਤੇ ਹਾਈਲਾਈਟ ਹੋਣੀ ਚਾਹੀਦੀ ਨਹੀਂ ਹੋ ਰਹੀ ਇਹ ਪੰਜ ਸ਼ਖਸੀਅਤਾਂ ਜਿਨ੍ਹਾਂ ਦਾ ਤੁਸੀਂ ਨਾਮ ਲਿਆ ਇਹਨਾਂ ਦੇ ਨਾਂ ਤੇ ਸਕਾਲਰਸ਼ਿਪ ਹੋਣਾ ਬਹੁਤ ਵੱਡੀ ਗੱਲ ਜੀ 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 ਔਰ ਇਹ ਇਹ ਵਾਇਗਰੂ ਦੀ ਮੇਰੇ ਨਾਲ ਜੀ ਅਸੀਂ ਸਾਡੇ ਕੁਝ ਮਿੱਤਰ ਨੇ ਅਸੀਂ ਆਪਸ ਚ ਹੀ ਹੋਈ ਇਹਦਾ ਪ੍ਰੋਗਰਾਮ ਕਰ ਲੈਨੇ ਆ ਔਰ ਕਿਸੇ ਤੋਂ ਕੋਈ ਗ੍ਰਾਂਟ ਨਹੀਂ ਲੈ ਰਹੇ ਕਿਸੇ ਤੋਂ ਕੋਈ ਡੋਨੇਸ਼ਨ ਨਹੀਂ ਲੈ ਰਹੇ ਔਰ ਉਹ ਵੀ ਬੜੇ ਖੁਸ਼ ਹੋ ਕੇ ਦਿੰਦੇ ਨੇ ਤੇ ਬੱਚੇ ਵੀ ਬਹੁਤ ਖੁਸ਼ ਹੁੰਦੇ ਨੇ ਉਦੋਂ ਅਸੀਂ ਬਹਿ ਕੇ ਉਹਨਾਂ ਦੇ ਪਰਿਵਾਰਾਂ ਨੂੰ ਵੀ ਸਾਦੇ ਆ ਉੱਥੇ ਬਹਿ ਕੇ ਉਹਨਾਂ ਨਾਲ ਲੰਚ ਹੁੰਦਾ ਜੀ ਫਿਰ ਕੈਨੇਡੀਅਨ ਔਰ ਜਿਹੜੀਆਂ ਸਿੱਖ ਪੰਜਾਬੀ ਕਹਾਣੀਆਂ ਸ਼ੇਅਰ ਹੁੰਦੀਆਂ ਨੇ ਅਗੇਨ ਜਿਹੜਾ ਸਾਡੇ ਵਿਰਾਸਤ ਦਾ ਫਖਰ ਹੈ ਜੀ ਉਹ ਅਸੀਂ ਕੈਨੇਡਾ ਦੇ ਸਮੂਹ ਕੈਨੇਡਾ ਦੇ ਸੰਮੂਹ ਕਰਨਾ ਚਾਹੁੰਦੇ ਆ ਸੋ ਇਹਨਾਂ ਨੇ ਤਰੀਕਾ ਕਦੋਂ ਦੀਆਂ ਨਹੀਂ ਇਹਨਾਂ ਦੀ ਜੀ ਅਸੀਂ April ਦੇ ਅਖੀਲੇ ਹਫਤੇ ਚ ਕਰਦੇ ਹੁੰਦੇ ਆ ਸੋ ਅਸੀਂ ਦੇਖ ਲੈਣੇ ਆ ਵੀ ਜਿਹੜੇ ਪੰਜ ਜਿਹੜੇ winner ਨੇ ਉਹਨਾਂ ਨੂੰ ਕਿਹੜੀ ਡੇਟ ਸੂਟ ਕਰਦੀ ਆ ਤੋ ਉਸ ਦੇ ਹਸਾਬ ਨਾਲ ਸੀ ਛੋਟੀ ਜਿਹੀ ਥਾਂ ਤੇ ਬਹਿ ਜਾਨੇ ਆ ਓਪਨ ਕਦੋਂ ਕਰਦੇ ਹੋ ਚਿੱਠੀਆਂ ਵਾਸਤੇ ਉਹ 15 ਤਰੀਕ ਤੱਕ ਓਪਨ ਸੀਗੀ ਜੀ ਫਰਵਰੀ 15 ਤੱਕ ਜੀ ਹਾਂਜੀ ਉਹ ਹੁਣ ਪੂਰੀ ਸਾਡੇ ਕੋ ਆ ਚੁੱਕੀਆਂ ਨੇ ਤਕਰੀਬਨ ਸਾਡੇ 353 ਐਪਲੀਕੇਸ਼ਨ ਆਈਆਂ ਨੇ ਜੀ ਆਪਣੇ ਕੋਲ ਬਹੁਤ ਵਧੀਆ ਜੀ ਹੁਣ ਇਹ ਗੱਲ ਸਾਜੀ ਉਹਨਾਂ ਦਰਸ਼ਕਾਂ ਨੂੰ ਜਿਨ੍ਹਾਂ ਦੇ ਵਾਸਤੇ ਇਹ ਨਵੀਂ ਚੀਜ਼ ਵੀ ਹੈ ਕਿ ਦੇਖੋ ਇਹੋ ਜਿਹਾ ਸਕਾਲਰਸ਼ਿਪ ਵਣਜਾਰਾ ਨੋਮੈਂਟ ਕਲੈਕਸ਼ਨ ਸੰਸਥਾ ਐਗਜ਼ੀਬਿਸ਼ਨ ਲਾਹੌਰ ਤੋਂ ਲੰਡਨ ਇਹ ਉਪਰਾਲਾ ਇਹ ਗੱਲਾਂ ਇਹੋ ਜਿਹੀਆਂ ਸਾਹਮਣੇ ਆਉਣੀਆਂ ਚਾਹੀਦੀਆਂ ਇਹ ਗੱਲਾਂ ਨੂੰ ਅਸੀਂ ਕਿਉਂ ਨਹੀਂ ਜਾਣ ਰਹੇ ਮੀਡੀਆ ਦਾ ਫਰਜ਼ ਹੈ ਇਹਨਾਂ ਨੂੰ ਹਾਈਲਾਈਟ ਕਰਨਾ ਸਾਡਾ ਫਰਜ਼ ਹੈ ਇਹਨੂੰ ਜਾਣਨਾ ਪਹਿਲੀ ਵਾਰ ਕੈਨੇਡਾ ਦੀ ਧਰਤੀ ਤੇ ਆਪ ਸਾਰਿਆਂ ਦੀ ਜਾਣਕਾਰੀ ਲਈ ਜਰਨਲ ਸ਼ਬੀਗ ਸਿੰਘ ਸ਼ਾਬੀਗ ਸਿੰਘ ਜਿਹਨਾਂ ਨੂੰ ਅਸੀਂ ਆਖਦੇ ਹਾਂ ਅਸਲ 'ਚ ਉਹਨਾਂ ਦਾ ਨਾਂ ਸੀ ਜਿਹੜੇ ਦਰਬਾਰ ਸਾਹਿਬ ਵਿਖੇ ਜੰਗ ਹਿੰਦ ਪੰਜਾਬ ਦਾ ਜਿਹੜਾ ਉਹਦੇ ਸ਼ਹੀਦ ਨੇ ਉਸ ਤੋਂ ਇਲਾਵਾ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਕੈਨੇਡਾ ਦੇ ਸੁਚੇਤ ਪੱਦਰ ਤੇ ਮੋਢੀ ਸ਼ਹੀਦ ਜਿਨ੍ਹਾਂ ਨੇ ਹੌਕੈਂਸਨ ਨੂੰ ਸੋਧਿਆ ਸੀ ਉਸ ਤੋਂ ਇਲਾਵਾ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਉਹ ਜਿਨ੍ਹਾਂ ਦੀ ਕਲਮ ਤੋਂ ਇਹ ਸ਼ਬਦ ਲਿਖੇ ਮਿਲਦੇ ਨੇ ਤੂੰ ਬੋੜੀ ਕਲਗੀ ਵਾਲਿਆ ਕੋਈ ਦੇਸ ਨਾ ਸਾਡਾ ਤੇ ਉਹਨਾਂ ਦੀ ਕਿਤੇ ਲਿਖਤ ਪੜੀਏ ਪਤਾ ਲੱਗੇ ਤਾਂ ਜਿਹੜਾ ਹਿਰਦੇ ਨੂੰ ਉਹ ਚਰਨਾਟ ਛਿੜਦੀ ਹੈ ਜਾਂ ਇਸ ਦਾ ਬੀਬੀ ਸ਼ਰਨ ਕੌਰ ਜੀ ਜਿਨ੍ਹਾਂ ਦਾ ਇਤਿਹਾਸ ਪੜੀਏ ਤਾਂ ਪਤਾ ਲੱਗਦਾ ਕਿ ਉਹ ਇਤਿਹਾਸ ਜਿਹੜਾ ਮੱਧਕਾਲੀ ਮੁਗਲਿਆ ਹਕੂਮਤ ਵਜੋਂ ਜਿਹੜੇ ਜੋ ਉਹਨਾਂ ਦੀਆਂ ਸ਼ਹਾਦਤਾਂ ਦੇ ਇਤਿਹਾਸ ਤੇ ਪ੍ਰਸੰਗ 'ਚ ਹੈ ਤੇ ਭਾਈ ਸਾਹਿਬ ਲਸ਼ਮਣ ਸਿੰਘ ਜੀ ਅਖੀਰ 'ਚ ਭਾਈ ਲਸ਼ਮਣ ਸਿੰਘ ਹੋਰਾਂ ਦੀ ਬਾਰੀ ਜ਼ਰੂਰ ਦੱਸੋ ਜੀ ਜੀ ਭਾਈ ਲਸ਼ਮਣ ਸਿੰਘ ਹੁਣੀ ਵਰਲਡ ਵਾਰ 'ਚ ਲੜੇ ਨੇ ਜੀ ਤੇ ਫਰਾਂਸ ਜਾ ਕੇ ਉਹਨਾਂ ਦੀ ਸ਼ਹਾਦਤ ਹੁੰਦੀ ਹੈ ਉਸ ਸਮੇਂ ਤੁਸੀਂ ਦੇਖੋ ਸਿਟੀਜ਼ਨ ਨਹੀਂ ਸੀਗੇ ਇੱਥੋਂ ਦੇ ਜੀ ਪਰ ਫੇਰ ਵੀ ਜਿੱਦਾਂ ਮੈਂ ਪਹਿਲਾਂ ਜ਼ਿਕਰ ਕੀਤਾ ਵੀ ਜਿੱਥੋਂ ਦੇ ਅਸੀਂ ਨੂਨ ਖਾਨ ਨੇ ਅਸੀਂ ਵਫਾਦਾਰ ਹੋ ਜਾਂਦੇ ਆ ਸੋ ਇਸ ਤਰ੍ਹਾਂ ਉਹਨਾਂ ਦੀ ਸ਼ਹਾਦਤ ਹੋਈ ਔਰ ਇਹ ਜਿਹੜੇ 5 ਪਰਸਨੈਲਿਟੀਆਂ ਆ ਇਹਨਾਂ 'ਚ ਖਿੱਚ ਬਹੁਤ ਹੈ ਜੀ ਚਾਹੇ ਹਰਿੰਦਰ ਸਿੰਘ ਮਹਿਬੂਬ ਦੀ ਗੱਲ ਕਰ ਲੋ ਚਾਹੇ ਬੀਬੀ ਸ਼ਰਨਕੌਰ ਚਾਹੇ ਲਛਮਣ ਸਿੰਘ ਹੋਣਾ ਦੀ ਗੱਲ ਮੀਵਾ ਸਿੰਘ ਹੋਣਾ ਦੀ ਸੁਪੇਗ ਸਿੰਘ ਹੋਣਾ ਦੀ ਸੁਪੇਗ ਸਿੰਘ ਹੋਣਾ ਦੀ ਉਹ ਕਹਿੰਦੇ ਜੇ ਸਾਰਿਆਂ ਤੋਂ ਪਵਿੱਤਰ ਥਾਂ ਤੇ ਮਰਨਾ ਹੋਵੇ ਤਾਂ ਕਿਹੜੀ ਆ ਤੇ ਉਹ ਦਰਬਾਰ ਸਾਹਿਬ ਹੈ ਜੀ ਸੋ ਉਸ 'ਚ ਖਿੱਚ ਬਹੁਤ ਹੈ ਜੀ ਇਹਨਾਂ ਸ਼ਖਸੀਤਾਂ ਦੇ ਵਿੱਚ ਸੋ ਇਸ ਕਰਕੇ ਐਸੀ ਇਹ ਕਹਾਣੀ ਸਾਰਿਆਂ ਨਾਲ ਸਾਂਝੀ ਕਰਨਾ ਚਾਹੁੰਦੇ ਆ ਸਾਰੇ ਕੈਨੇਡੀਅਨ ਬਿਲਕੁਲ ਜੀ ਬਿਲਕੁਲ ਇਹ ਚਾਹੀਦਾ ਵੀ ਹੈ ਇਸ ਉਪਰਾਲੇ ਦੇ ਨਾਲ ਨਾਲ ਇਹ ਵੀ ਗੱਲ ਹੈ ਕਿ ਜੇ ਅਸੀਂ ਫਿਰ ਉਹੀ ਗੱਲ ਪ੍ਰਦਰਸ਼ਨੀ ਦੀ ਗੱਲ ਕਰੀਏ ਦਰਸ਼ਕਾਂ ਦੇ ਨਾਲ ਜਿਹੜੀ ਇਹ ਪ੍ਰਦਰਸ਼ਨੀ ਹੈ ਇਸ ਪ੍ਰਦਰਸ਼ਨੀ ਦੇ ਪ੍ਰਤੀ ਸਾਡਾ ਫਰਜ਼ ਬਣਦਾ ਸੁਚੇਤ ਪੱਧਰ ਤੇ ਅਸੀਂ ਜ਼ਰੂਰ اٹینڈ ਕਰੀਏ ਫਰਵਰੀ ਤੋਂ ਸ਼ੁਰੂ ਹੋਈ ਹੈ ਤੇ ਹੁਣ ਮਾਰਚ ਸਾਰਾ ਚੱਲਣੀ ਹੈ ਫਿਰ ਅਪ੍ਰੈਲ ਦੇ ਮੱਧ ਤੱਕ ਇਹ ਪ੍ਰਦਰਸ਼ਨੀ ਚੱਲਣੀ ਹੈ ਐਡਰੈਸ ਜਾਣਕਾਰੀ ਵੀ ਆਪ ਨੋਟ ਕਰ ਲਓ ਤੇ ਕੁਝ ਗੱਲਾਂ ਹੋਰ ਵੀ ਇੱਥੇ ਤੁਹਾਨੂੰ ਦੱਸ ਦਈਏ ਕੇ ਮਹਾਰਾਜਾ ਰਣਜੀਤ ਸਿੰਘ ਦੀ ਉਹਨਾਂ ਦੇ ਸਮੇਂ ਦੀ ਤਸਵੀਰ ਕਈ ਤਾਂ ਕਾਲਪਨਿਕ ਤਸਵੀਰਾਂ ਹੁੰਦੀਆਂ ਪਰ ਜਿਹੜੀ ਉਸ ਸਮੇਂ ਜਿਹੜੀ ਕਿ 191839 ਦੇ ਵਿੱਚ ਉਹਨਾਂ ਦਾ ਦਿਹਾਤ ਹੁੰਦਾ ਉਸ ਸਮੇਂ ਦੀ ਲਿਖੀ ਜਿਹੜੀ ਕਿਤਾਬ ਹੈ ਉਸ ਵਕਤ ਦੇ ਦੌਰਾਨ ਉਦੋਂ ਦੀ ਕਿਤਾਬ ਦੇ ਵਿੱਚ ਛਪੀ ਹੋਈ ਤਸਵੀਰ ਅਸਲ ਚ ਮਿਲਦੀ ਹੈ ਇੱਕ ਹੋਰ ਚੀਜ਼ ਹੈ ਦਰਬਾਰ ਸਾਹਿਬ ਦੀ ਪ੍ਰਾਤਨ ਉਹ ਤਸਵੀਰ ਜਿਸ ਦੇ ਸਾਹਮਣੇ ਜਿਹੜਾ ਹੈ ਜਿਹੜਾ ਕਲॉक ਟਾਵਰ ਨਜ਼ਰ ਆਉਂਦਾ ਹੈ ਘੰਟਾ ਘਰ ਜਿਹੜਾ ਚੌਂਕ ਦਾ ਨਾਂ ਵੀ ਘੰਟਾ ਘਰ ਚੌਕ ਤਾਂ ਹੀ ਪਿਆ ਸੀ ਉਹ ਘੰਟਾ ਘਰ ਅਸਲ ਦੇ ਵਿੱਚ ਉਹ ਜਿਹੜਾ ਕਲਾਕ ਸੀ ਉਹ ਦਰਬਾਰ ਸਾਹਿਬ ਦੇ ਕੋਲੇ ਹੀ ਕਿਉਂ ਲਾਇਆ ਗਿਆ ਅੰਗਰੇਜ਼ਾਂ ਨੇ ਉਸ ਕਲਾਕ ਦੀ ਜਿਹੜੀ ਬੰਤਰ ਜਾਂ ਉਹਨਾਂ ਦੇ ਆਪਣੇ 크ਰਿਸਚੀਅਨਿਟੀ ਦੇ ਅਕੋਰਡਿੰਗਲੀ ਜੋ ਦਰਬਾਰ ਸਾਹਿਬ ਦੇ ਐਨ ਸਾਹਮਣੇ ਜਿਸ ਤਰੀਕੇ ਨਾਲ ਉਸ ਨੂੰ ਪ੍ਰੇਜ਼ੈਂਟ ਕੀਤਾ ਉਸ ਨੂੰ ਫਿਰ ਸਿੱਖਾਂ ਨੇ ਕਿਸ ਤਰੀਕੇ ਨਾਲ ਹਟਾਇਆ ਸਿੱਖਾਂ ਨੇ ਸਿੰਘ ਸਭਾ ਲਹਿਰ ਨੇ ਕੇਵਲ ਦਰਬਾਰ ਸਾਹਿਬ ਦੀ ਪਰਕਰਮਾ ਚੋਂ ਮੂਰਤੀਆਂ ਹੀ ਨਹੀਂ ਹਟਾਈਆਂ ਇਹ ਅਕਸਰ ਸੀ ਕਹਿ ਦਿੰਦੇ ਆ ਕਿ ਮੂਰਤੀਆਂ ਹਟਾਈਆਂ ਬਿਲਕੁਲ ਬ੍ਰਾਹਮਣੀ ਨਿਜ਼ਾਮ ਨੇ ਉਹ ਖੜੀਆਂ ਕੀਤੀਆਂ ਸਨ ਉੱਥੇ ਰੱਖੀਆਂ ਸਨ ਜਿਹੜਾ ਇਹ ਏਜੰਡਾ ਸੀ ਉਸ ਦੇ ਖਿਲਾਫ ਸਿੰਘ ਸਵਾਲ ਲਹਿਰ ਨੇ ਸਟੈਂਡ ਲਿਆ ਹਟਾਈਆਂ ਕੇਵਲ ਮੂਰਤੀਆਂ ਨਹੀਂ ਹਟਾਈਆਂ ਇਹ ਜਿਹੜਾ ਘੰਟਾ ਘਰ ਦੇ ਵਿੱਚ ਉਹ ਘੰਟਾ ਘਰ ਜਿਹੜਾ ਬਕਾਇਦਾ ਤੌਰ ਤੇ ਲਾਇਆ ਹੋਇਆ ਸੀ ਕਢਿਆ ਜਿਸ ਤਰ੍ਹਾਂ ਦਾ ਸੀ ਜਿਉਂ ਦਾ ਟਾਈਮਲੀ ਸੀ ਕਿਸ ਤਰ੍ਹਾਂ ਉਸ ਦੇ ਵਿੱਚ ਇੱਕ ਦਰਬਾਰ ਸਾਹਿਬ ਗੁਰੂ ਦੇ ਉਸ ਦਰ ਦੇ ਮੂਹਰੇ ਇਹ ਪ੍ਰੈਜ਼ੈਂਟ ਕੀਤਾ ਜਾ ਰਿਹਾ ਸੀ ਖਾਸ ਇੱਕ ਆਪਣੀ ਜਿਹੜੇ ਧਰਮ ਨੂੰ ਸਿੱਖਾਂ ਨੂੰ ਚੁਣੌਤੀ ਦੇਣ ਲਈ ਉਸ ਨੂੰ ਵੀ ਹਟਾ ਦਿੱਤਾ ਗਿਆ ਮੈਂ ਜਦੋਂ ਉਹ ਦੇਖਿਆ ਤਾਂ ਮਨ ਹੈਰਾਨ ਹੋ ਗਿਆ ਕਿ ਦੇਖੋ ਅਸੀਂ ਉਸ ਦੀ ਕਦੇ ਗੱਲ ਹੀ ਨਹੀਂ ਕੀਤੀ ਜੀ ਜੀ ਉਹ ਇੱਕ ਐਲਬਮ ਹੈ ਜੀ ਉਹਦੇ ਵਿੱਚ ਉਹ ਤਸਵੀਰ ਹੈ ਜਿਹੜਾ ਤੁਸੀਂ ਜ਼ਿਕਰ ਕੀਤਾ ਉਹ ਘੰਟਾ ਘਰ 144 ਫੁੱਟ ਉੱਚਾ ਬਣਾਇਆ ਸੀ ਔਰ ਗੋਥਿਕ ਆਰਕੀਟੈਕਚਰ ਕਿਹਦਾ ਦੇ ਉਹਨੂੰ ਆਪਾਂ ਔਰ ਉਹ ਉਸ ਸਮੇਂ ਸ਼ਾਇਦ 25000 ਜਾਂ 30000 ਰੁਪਇਆ ਲੱਗਾ ਸੀ ਉਹਨੂੰ ਬਣਾਉਣ ਚ ਔਰ ਉਹਦੇ ਵਿੱਚੋਂ ਉਹ ਇਹ ਸਿੰਬਲਿਜ਼ਮ ਹੁੰਦੀ ਹੈ ਕਿ ਜਦੋਂ ਤੁਸੀਂ ਕਿਸੇ ਨੂੰ ਸਬਕੌਂਸ਼ੀਅਸਲੀ ਡੋਮਿਨੇਟ ਕਰਨਾ ਹੋਵੇ ਫਿਰ ਤੁਸੀਂ ਇਦਾਂ ਦੀਆਂ ਚੀਜ਼ਾਂ ਵੱਡੇ ਵੱਡੇ ਬੁੱਤ ਖੜੇ ਕਰਦੇ ਹੋ ਕਿ ਉਹਦੇ ਤੋਂ ਆਮ ਬੰਦੇ ਨੂੰ ਬੜੇ ਬੜਾ ਡਰ ਕਹਿ ਸਕਦੇ ਆਪਾਂ ਜਾਂ ਸਹਿਮ ਦਾ ਜਿਹੜਾ ਉਹ ਮਾਹੌਲ ਪੈਦਾ ਹੋ ਜਾਂਦਾ ਮਨ ਚ ਇੱਕ ਫੀਅਰ ਸਾਈਕੋਸਿਸ ਕ੍ਰੀਏਟ ਹੁੰਦਾ ਜੀ ਉਹਦੇ ਨਾਲ ਕਿ ਐਸੀ ਦੂਜੇ ਨੂੰ ਵੱਡਾ ਮੰਨਣ ਲਾ ਪੈਨੇ ਆ ਔਰ ਆਪਣੇ ਆਪ ਨੂੰ ਛੋਟਾ ਮੰਨਣ ਲਾ ਪੈਨੇ ਆ ਸੋ ਉਹਨਾਂ ਨੇ ਕੋਸ਼ਿਸ਼ ਕੀਤੀ ਫਿਰ ਜਦੋਂ ਹਿੰਦੁਸਤਾਨ ਜਾਂ ਪੰਜਾਬ ਦੀ ਜਦੋਂ ਵੰਡ ਹੋਈ ਆ 47 ਵਿੱਚ ਉਹ ਉਦੋਂ ਜੀ ਫਿਰ ਉਸ ਤੋਂ ਬਾਅਦ ਉਸ ਕਲੋਕ ਟਾਵਰ ਨੂੰ ਢਾਇਆ ਗਿਆ ਔਰ ਜਿੱਦਾਂ ਤੁਸੀਂ ਮੂਰਤੀਆਂ ਦਾ ਜ਼ਿਕਰ ਕੀਤਾ ਉਹ ਵੀ ਉਸ ਸਮੇਂ ਦੌਰਾਨ ਹੋਇਆ ਥੋ ਇਹ ਗੱਲਾਂ ਜਿਹੜੀਆਂ ਨੇ ਇਹਨਾਂ ਨੂੰ ਵੀ ਇਤਿਹਾਸ ਦੇ ਵਿੱਚੋਂ ਅਸੀਂ ਜ਼ਰੂਰ ਮੰਨਫੀ ਨਹੀਂ ਕਰ ਸਕਦੇ ਕਿਉਂਕਿ ਇਹ ਉਹ ਚੀਜ਼ਾਂ ਨੇ ਜਿਹੜੀਆਂ ਕਿ ਪਤਾ ਲੱਗਦੀਆਂ ਨੇ ਕਿ ਕਿਸ ਤਰੀਕੇ ਨਾਲ ਸਾਡੇ ਇਤਿਹਾਸ ਦੇ ਵਿੱਚ ਵਿਗਾਰ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੁਣ ਜਿੱਥੇ ਇਹ ਉਸ ਬ੍ਰਿਟਿਸ਼ ਹਕੂਮਤ ਦੀਆਂ ਜਿਹੜੀਆਂ ਖਾਮੀਆਂ ਜਾਂ ਜਿਨ੍ਹਾਂ ਦੇ ਬਹੁਤ ਮਾੜੇ ਪੱਖ ਨੇ ਉਹਨਾਂ ਦੀ ਗੱਲ ਕੀਤੀ ਹੈ ਇੱਕ ਗੌਰ ਕਰਨ ਵਾਲਾ ਪੱਖ ਵੀ ਮੈਨੂੰ ਬੜਾ ਧਿਆਨ ਖਿੱਚਿਆ ਉਸ ਨੇ ਇਸ ਪ੍ਰਦਰਸ਼ਨੀ ਦੇ ਵਿੱਚ ਉਹ ਕੀ ਸੀ ਉਹ ਗਾਜਟ ਜਿਹੜੇ 18ਵੀਂ ਸਦੀ ਦੇ ਜਦੋਂ ਈਸਟ ਇੰਡੀਆ ਕੰਪਨੀ ਆਉਂਦੀ ਹੈ ਉਸ ਤੋਂ ਬਾਅਦ ਇਹ ਇੱਕ ਪਾਸੇੋਂ ਸ਼ੁਰੂ ਹੋ ਜਾਂਦੇ ਨੇ ਭਾਰਤ ਤੇ ਕਬਜ਼ਾ ਕਰਨਾ ਤੇ ਉਸ ਤੋਂ ਬਾਅਦ 18ਵੀਂ 18ਵੀਂ ਸਦੀ ਦੇ ਵਿੱਚ ਉਹ ਕੀ ਕਰਦੇ ਨੇ ਗਜਟ ਤਿਆਰ ਕਰਦੇ ਨੇ ਜਿਹੜੇ ਪ੍ਰਾਂਤ ਸੂਬੇ ਦੇ ਵਿੱਚੋਂ रियासत ਨੂੰ ਕਬਜ਼ੇ 'ਚ ਕੀਤਾ ਆਪਣਾ ਬਸਤੀ ਬਣਾਇਆ ਫਿਰ ਉਹ ਸਾਰੇ ਇਲਾਕੇ ਦਾ ਐਨਲਿਸਿਸ ਕੀਤਾ ਫਿਰ ਉਹਦਾ ਗਜਟ ਤਿਆਰ ਕੀਤਾ ਲਿਖਤੀ ਤੌਰ ਤੇ ਛਪੀਆਂ ਹੋਈਆਂ ਇਹ ਪ੍ਰਦਰਸ਼ਨੀ 'ਚ ਮਿਲਦੀਆਂ ਕਿਤਾਬਾਂ ਕਿਹੜੀਆਂ ਕਿ ਆਹ ਜਿਹੜਾ ਫਲਾਣ ਇਲਾਕਾ ਇਸ ਰਿਆਸਤ ਦੇ ਵਿੱਚ ਕਿੰਨੇ ਪਿੰਡ ਨੇ ਕਿੰਨੇ ਸ਼ਹਿਰ ਨੇ ਇਹਨਾਂ ਪਿੰਡਾਂ ਸ਼ਹਿਰਾਂ ਦੇ ਵਿੱਚ ਕਿੰਨੇ ਹਿੰਦੂ ਨੇ ਕਿੰਨੇ ਮੁਸਲਮਾਨ ਨੇ ਕਿੰਨੇ ਹੋਰ ਨੇ ਉਹਨਾਂ ਦੇ ਵਿੱਚ ਹਿੰਦੂਆਂ ਦੇ ਵਿੱਚੋਂ ਕਿੰਨੇ ਬ੍ਰਾਹਮਣ ਨੇ ਕਿੰਨੇ ਖੱਤਰੀ ਨੇ ਕਿੰਨੇ ਵੈਸ਼ ਨੇ ਕਿੰਨੇ ਸ਼ੂਦਰ ਨੇ ਜਾਂ ਇਸ ਤਰ੍ਹਾਂ ਇਸੇ ਤਰ੍ਹਾਂ ਮੁਸਲਮਾਨਾਂ ਚੋਂ ਕਿਹੜੇ ਕਿੰਨੇ ਸਿਆਣੇ ਕਿੰਨੇ ਸੁੰਨੀ ਨੇ ਫਿਰ ਉਹਨਾਂ ਦੇ ਵਿੱਚੋਂ ਕਿੰਨੇ ਜਿਹੜੇ ਤੰਦਰੁਸਤ ਨੇ ਕਿੰਨੇ ਬਿਮਾਰ ਨੇ ਕਿੰਨੇ ਪੜ੍ਹੇ ਲਿਖੇ ਨੇ ਕਿੰਨੇ ਅਨਪੜ੍ਹ ਨੇ ਆ ਮੁਲਾਂਕਣ 18ਵੀਂ ਸਦੀ ਦੇ ਵਿੱਚ ਅੰਗਰੇਜ਼ਾਂ ਦੇ ਗਾਜਟ ਦੇ ਵਿੱਚ ਮਿਲਦਾ ਹੈ ਅੱਜ ਅਸੀਂ ਕਹਿੰਦੇ ਆ ਕਿ ਅੱਜ ਦੇਖੀਏ ਕਿ ਸਿੱਖ ਜਿਹੜੇ ਨੇ ਇਹਨੇ ਮਿਲੀਅਨ ਹੋ ਚੁੱਕੇ ਨੇ ਕਰੋ ਗਿਣਤੀ ਸਿੱਖਾਂ ਦੀ ਸਾਰੀ ਜਿਹੜੀ ਡਿਟੇਲ ਇਕੱਠੀ ਕਰਨ ਲਈ ਅੱਜ ਅਸੀਂ ਨਹੀਂ ਕਰ ਸਕੇ ਇਹ ਬਹੁਤ ਚਿੰਤਾ ਵਾਲੀ ਗੱਲ ਹੈ ਪਰ ਇਹ ਸਾਰੀਆਂ ਗੱਲਾਂ ਅਸੀਂ ਹੋਰ ਨਹੀਂ ਦੱਸਾਂਗੇ ਕਿਉਂਕਿ ਦਿਲਚਸਪੀ ਜਿਹੜੀ ਹੈ ਉਤਸੁਕਤਾ ਵੀ ਬਣੀ ਰਵੇ ਇਸ ਕਰਕੇ ਤੁਸੀਂ ਜਾਂਦੇ ਆ ਐਡਰੈਸ ਦੱਸ ਦਿਓ ਜੀ ਜੀ ਕਿ ਜ਼ਰੂਰ ਸਾਡੇ ਦਰਸ਼ਕ ਉੱਥੇ ਪਹੁੰਚ ਸਕਣ ਜੀ ਜੀ ਐਡਰੈਸ ਹੈਗਾ 1771056A ਐਵੇਨਿਊ ਤੋ ਜਿਹੜੀ 176 ਸਟਰੀਟ ਤੇ 56 ਐਵਨਿਊ ਆ ਉੱਥੋਂ ਤਕਰੀਬਨ ਦੋ ਬਲਾਕ ਹੀ ਆ ਫਰੀ ਮਿਊਜ਼ੀਅਮ ਆ ਤੇ ਟਾਈਮ ਉਹਦਾ ਆਪਾਂ ਦੱਸਿਆ ਸੀ ਸੋਮਵਾਰ ਨੂੰ ਬੰਦ ਐ ਤੇ ਟਿਊਜ਼ਡੇ ਤੋਂ ਲੈ ਕੇ ਸੈਟਰਡੇ ਤੱਕ 9:30 ਤੋਂ 5:30 ਤੇ ਐਤਵਾਰ ਨੂੰ 12 ਤੋਂ 5 ਸਰਕਾਰੀ ਛੁੱਟੀ ਨੂੰ ਬੰਦ ਹੁੰਦਾ ਜੀ ਔਰ ਮੇ ਸਾਡੀ ਬੇਨਤੀ ਹੈ ਵੀ ਸਾਰੇ ਜਾ ਕੇ ਜ਼ਰੂਰ ਦੇਖਣ ਔਰ ਐਸੀ ਕੋਈ ਛੋਟਾ ਜਿਹਾ ਬੱਚਿਆਂ ਲਈ ਜਾਂ ਸਾਰਿਆਂ ਲਈ ਇਨਾਮ ਰੱਖਿਆ ਹੋਇਆ ਕਿ ਤੁਸੀਂ ਉੱਥੋਂ ਆਪਣੀ ਵੀਡੀਓ ਬਣਾ ਕੇ ਸਾਨੂੰ ਭੇਜੋ ਅਸੀਂ ਸ਼ੇਅਰ ਕਰਾਂਗੇ ਜਿਹਦੇ ਸਾਰੇ ਤੋਂ ਵੱਧ ਲਾਈਕ ਹੋਗੇ ਹਰੇਕ ਹਫਤੇ ਅਸੀਂ 50 ਡਾਲਰ ਉਹ ਸੇਵਾ ਦੇ ਤੌਰ ਤੇ ਦਵਾਂਗੇ ਜੀ ਬਹੁਤ ਖੂਬ ਜੀ ਬਹੁਤ ਅੱਛਾ ਬਹੁਤ ਧੰਨਵਾਦ ਜੀ ਹਾਰਦਿਕ ਸ਼ੁਕਰੀਆ ਜੀ ਬਹੁਤ ਜੀ ਧੰਨਵਾਦ ਅਖੀਰ ਚ ਇਹ ਪ੍ਰਦਰਸ਼ਨੀਆ ਇਹ ਐਗਜ਼ਿਬਿਸ਼ਨ ਇਹਦਾ ਮਕਸਦ ਇਹ ਹੀ ਹੁੰਦਾ ਹੈ ਕਿ ਆਪਣੇ ਇਤਿਹਾਸ ਤੇ ਵਿਰਸੇ ਨੂੰ ਚੇਤਿਆਂ ਚ ਰੱਖਣਾ ਤੇ ਜਦੋਂ ਅਸੀਂ ਕਹਿੰਦੇ ਆ ਕਿ ਹਰ ਕਿਹਾਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਇਹ ਸਾਡੇ ਵਾਸਤੇ ਨੇ ਅਸੀਂ ਫਾਇਦਾ ਉਠਾਈਏ ਸਰੀ 뮤ਜ਼ੀਅਮ ਦੇ ਵਿੱਚ ਇਹ ਪ੍ਰਦਰਸ਼ਨੀ ਜਿਹੜੀ ਹੈ ਲਾਹੌਰ ਤੋਂ ਲੰਡਨ ਤੁਹਾਡੇ ਅੰਦਰ ਇੱਕ ਚਰਨਾਟ ਛਿੜੇਗੀ ਪੈਦਾ ਕਰੇਗਾ ਕਿ ਸਾਡਾ ਜਿਹੜਾ ਖਾਲਸਾ ਰਾਜ ਹੁੰਦਾ ਸੀ ਕਿਹੋ ਜਿਹਾ ਸੀ ਤੇ ਕੀ ਸੀ ਉਹਦੇ ਵਿੱਚ ਕੀ ਵਰਕਤਾਂ ਸਨ ਕਿਵੇਂ ਖੋਇਆ ਗਿਆ ਕੀ ਇਤਿਹਾਸ ਹੈ ਕਿਵੇਂ ਬੋਲੀ ਸੀ ਕਿਵੇਂ ਸੱਭਿਆਚਾਰ ਸੀ ਕਿਵੇਂ ਉਸ ਵੇਲੇ ਸਾਰਾ ਕੁਝ ਸੀ ਜ਼ਰੂਰ ਪਹੁੰਚਣਾ ਬਨਜਾਰਾ ਨੋਮੇਟ ਕਲੈਕਸ਼ਨ ਦਾ ਖਾਸ ਤੌਰ ਤੇ ਧੰਵਾਦ ਹੈ ਤੇ ਸਕਾਲਰਸ਼ਿਪ ਲਈ ਇਹ ਵਿਸ਼ੇਸ਼ ਤੌਰ ਤੇ ਉਹਨਾਂ ਸਾਰੇ ਪਾਰਟਿਸਪੈਂਟ ਨੂੰ ਸ਼ੁਭ ਕਾਮਨਾਵਾਂ ਜਿਹੜੇ ਸ਼ਾਮਲ ਹੋਏ ਨੇ ਤੇ ਜਦੋਂ ਇਹ ਨਤੀਜੇ ਆਉਣਗੇ ਅਸੀਂ ਇਸ ਦੇ ਬਾਰੇ ਹੋਰ ਗੱਲਬਾਤ ਵੀ ਕਰਾਂਗੇ ਆਪ ਸਮੂਹ ਦਰਸ਼ਕਾਂ ਨੂੰ ਸ਼ੁਭ ਕਾਮਨਾਵਾਂ